सतलुज टीवी के सारे दर्शकों का मैं सुरेंद्र सिंह स्वागत करता। असी एक विलखण कोशिश की है, वक्री जी कोशिश की है, पंजाब पॉडकास्टिंग का जो प्रोग्राम है वह शुरू करके। तो इस कोशिश के असी वख वख जड़ियां हस्तियां ने, खास करके सिखां दी आज़ादी के लिए काम कर रही ने या जिन्हां दा इस मकसद के नाल संबंध हैगा, असी उन्हां दे नाल गलबात करते हैं। मतलब कुछ इहोजा कढ़न की कोशिश करते हैं जिहदे नाल साडियां अगलियां नसलां नूं या जिहड़े इस संघर्ष नाल संबंधित नहीं हैगे लोग, उन्हां नूं पता लगे कि आखिर एवें जिंदाबाद तां नहीं होई जांदी, कोई कारण है उहदे पिछे। तो ये इन्नी स्ट्रगल, इन्ना मतलब एनर्जी भी लग रही है, इन्ना जोर लग्या हो भी आखिर गल की है। सो साडे नाल अज जिहड़े खास मेहमान ने उहने साडे नाल डॉक्टर बख्शी सिंह संधू, बहुत प्रोमीनेंट परसनैलिटी ने साडे लई, सिखां लई, ते जिन्हें साडे संघर्ष कर रहे ने लोग सारे जानते हैं संधू साहब नूं, बहुत ही डाउन टू अर्थ, बड़ी नॉलेज है इन्हां नूं, ते खुल के गल करते हैं किसी भी विषय के उत्ते, खास करके जिहड़ा आज़ादी नाल संबंधित है खुल के गल्लां करांगे। डॉक्टर गुरिंदर सिंह गरेवाल ने इन्हां नाल असीं पहलां भी गलबात कर चुके हैं, ते इत्थों दीआं जिहड़ियां कैलीफोर्निया दीआं सरगर्मियां ने उन्हां च काफ़ी एक्टिव ने, खास करके जिहड़ी सिख जदोजहद आ उहदे नाल संबंधित। दोवां डॉक्टर साहब दा असीं स्वागत करते हैं। वाहिगुरू जी का खालसा, वाहिगुरू जी की फतेह। तो मैं संधू साहब तुहाडे नाल पहलां मैं मुखातिब होना चाहुंदा कि तुसीं सानूं मतलब दसो साडे जिहड़े स्रोते ने कि सब तो जो पहला आम जहा बंदा साडे नूं सवाल कर दिंदा ना यार विजन की है खालिस्तान का, भी इस नूं जे उन्हां लोकां तक दसना होवे, उदां गल करनी होवे, उन्हां नूं असीं ਕਿਵੇਂ ਦੱਸਾਂਗੇ ਕਿ ਵਿਜ਼ਨ ਕੀ ਹੈ ਖਾਲਿਸਤਾਨ ਦਾ? ਹਾਂਜੀ, ਖਾਲਿਸਤਾਨ ਇਸ ਕਰਕੇ ਬਣਨਾ ਚਾਹੀਦਾ ਵਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਗੁਲਾਮ ਰਹੇ ਨੇ ਕਈ ਸਦੀਆਂ ਤੋਂ, ਕਿਉਂਕਿ ਇਹ ਹੋਰ ਜਿਹੜੀਆਂ ਤਾਕਤਾਂ ਦੇ ਥੱਲੇ ਪੰਜਾਬ ਦੀ ਧਰਤੀ ਰਹੀ ਆ, ਅਤੇ ਉਹਨਾਂ ਤਾਕਤਾਂ ਨੇ ਪੰਜਾਬ ਦੀ ਤਰੱਕੀ ਬਾਰੇ ਨਹੀਂ ਸੋਚਿਆ। ਹੁਣ ਜੇ ਪੰਜਾਬ ਵੱਲ ਵੇਖਿਆ ਜਾਵੇ ਤਾਂ ਉਹਦੇ ਵਿੱਚ ਤੁਹਾਨੂੰ ਦੱਸ ਕੇ ਵੀ ਆਰਥਿਕ ਹਾਲਤ ਪੰਜਾਬ ਦੀ ਜਿਹੜੀ ਹੈ ਵਧੀਆ ਨਹੀਂ ਹੈਗੀ, ਐਜੂਕੇਸ਼ਨ ਵਧੀਆ ਨਹੀਂ ਹੈਗੀ, ਲਾਅ ਐਂਡ ਆਰਡਰ ਨਹੀਂ ਹੈਗਾ, ਲੋਕਾਂ ਨੂੰ ਹੱਕ ਨਹੀਂ ਮਿਲਦੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ, ਧਰਮ ਸਥਾਨਾਂ 'ਤੇ ਹਮਲੇ ਹੋ ਰਹੇ ਨੇ। ਸਾਡੀ ਵਿਜ਼ਨ ਇਹ ਆ ਕਿ ਅਸੀਂ ਇੱਕ ਪੰਜਾਬ ਨੂੰ ਇਕਨੋਮਿਕ ਪਾਵਰ ਹਾਊਸ ਬਣਾਉਣਾ ਚਾਹੁੰਦੇ ਹਾਂ, ਜਿਸ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ, ਉਹਨਾਂ ਨੂੰ ਕੰਮ ਕਰ ਮਿਲੇਗਾ, ਉਹਨਾਂ ਨੂੰ ਇੱਕੋ ਜਿਹੇ ਅਧਿਕਾਰ ਹੋਣਗੇ, ਉਹਨਾਂ ਦਾ ਧਰਮ ਸੁਰੱਖਿਅਤ ਹੋਏਗਾ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ। ਸੋ ਆਵਰ ਵਿਜ਼ਨ ਇਜ਼ ਮੇਕਿੰਗ ਏ ਪੰਜਾਬ ਐਟ ਦਾ ਲੈਵਲ ਆਫ ਕੰਟਰੀਜ਼ ਇਨ ਦਾ ਵੈਸਟਰਨ ਯੂਰਪ and in the like United States, America, Canada, UK, we want to bring Punjab to the level, because Punjabis have a lot of potential and Punjab has a lot of natural resources, it can be done. Matlab jada vision hai, matlab sada Khalistan di usari da, us di azadi da, bahut log eh samajhde ne ke jada Punjab a different cheez hai te Khalistan different cheez hai. ਉਹਨਾਂ ਨੂੰ ਮੈਂ ਵੀ ਥਾਂ ਥਾਂ 'ਤੇ ਦੱਸਿਆ, ਕਈ ਵਾਰੀ ਦੱਸਿਆ ਕਿ ਬੇਸਿਕ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਐਮਪਾਇਰ ਸੀ ਪੰਜਾਬ, ਉਹਦੇ 'ਚ ਬਹੁਤ ਵੱਡਾ ਖੇਤਰ ਸੀ, ਅਤੇ ਉਸ ਤੋਂ ਵੀ ਪਹਿਲਾਂ ਜਿਹੜਾ ਮੈਂ ਨਕਸ਼ਾ ਦੇਖਿਆ, ਜਿਹੜਾ ਖਾਸ ਕਰਕੇ 64 ਜਸਟਿਸ ਨੇ ਰਿਲੀਜ਼ ਕੀਤਾ ਖਾਲਿਸਤਾਨ ਦਾ, ਉਹਦੇ 'ਚ ਜਿਹੜਾ ਬੰਦਾ ਸਿੰਘ ਬਹਾਦਰ ਦੀਆਂ ਜਿਹੜੀਆਂ ਟੈਰੀਟਰੀ ਸੀਗੀਆਂ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ, ਅਤੇ ਇਹ ਬਹੁਤ ਵੱਡਾ ਹੈ। ਜਾਟਲੈਂਡ ਵੀ ਆ ਜਾਂਦੀ ਹੈ ਉਹਦੇ 'ਚ, ਅਤੇ ਰਾਜਪੂਤਾਨਾ ਦਾ ਕਾਫੀ ਹਿੱਸਾ ਹੈਗਾ ਉਹਦੇ 'ਚ। ਸੋ ਜਦੋਂ ਤੁਸੀਂ ਗੱਲ ਕਰਨ ਲੱਗਦੇ ਹੋ ਆਜ਼ਾਦੀ ਦੀ ਜਾਂ ਉਸ ਖੇਤਰ ਦੀ ਜਿੱਥੇ ਤੁਸੀਂ ਆਜ਼ਾਦੀ ਚਾਹੁੰਦੇ ਹੋ, ਤਾਂ ਜਦੋਂ ਤੁਸੀਂ ਉਹ ਪ੍ਰੋਸੈਸ ਦੇ ਵਿੱਚੋਂ ਲੰਘਣਾ ਸ਼ੁਰੂ ਕਰਦੇ ਹਾਂ, ਆਪਣੇ ਆਪ ਉਹ ਸਪਸ਼ਟ ਹੁੰਦਾ ਜਾਂਦਾ ਸਾਨੂੰ, ਹੈ ਨਾ, ਵੀ ਆਖਿਰ ਵਿਜ਼ਨ ਕੀ ਹੈ। ਸੋ ਕਿਸੇ ਧਰਤੀ ਦੇ ਕਿਸੇ ਹਿੱਸੇ ਦੀ ਆਜ਼ਾਦੀ ਦੀ ਗੱਲ ਕਰਦੇ ਹੋ, ਜਦੋਂ ਜਿਹੜੇ ਲੋਕ ਤੁਸੀਂ ਉੱਥੇ ਰਹਿੰਦੇ ਨੇ, ਤਾਂ ਨਿਰਸਨ ਦੇ ਉਹ ਫਿਰ ਵਿਆਪਕ ਵੱਡੇ ਅਰਥ ਹੋ ਜਾਂਦੇ ਨੇ ਉਹਦੇ। ਸੋ ਬਿਲਕੁਲ ਇਸ ਨੂੰ ਤੁਸੀਂ ਜੇ ਆਪਣੇ ਗੱਲ ਕਰੀਏ ਵੀ ਸਿੱਖਇਜ਼ਮ, ਸਿੱਖਾਂ ਦੀ ਜਿਹੜੀ ਐਗਜ਼ਿਸਟੈਂਸ ਆ ਹੁਣ ਨਿਰਸਨ ਦੇ ਉਸ ਖਿੱਤੇ ਦੇ ਵਿੱਚ, ਉਸ ਖੇਤਰ ਦੇ ਵਿੱਚ ਸਿੱਖ ਵੱਸਦੇ ਨੇ, ਸੋ ਬਾਕੀ ਕਮਿਊਨਿਟੀਜ਼ ਵੀ ਵੱਸਦੀਆਂ ਨੇ, ਉਹ ਤਾਂ ਆਜ਼ਾਦੀ ਦੇ ਲਈ ਸੁਚੇਤ ਨਹੀਂ, ਉਹ ਭਾਰਤੀ ਸੰਵਿਧਾਨ ਨੂੰ ਜਾਂ ਉਸ
ਰਾਸ਼ਟਰਵਾਦ ਨੂੰ ਸ਼ਾਇਦ ਪੱਕੇ ਤੌਰ 'ਤੇ ਆਪਣੇ ਮਨਾਂ ਦੇ ਵਿੱਚ ਵਸਾਉਣਾ ਚਾਹੁੰਦੇ ਨੇ। ਉੱਥੇ ਉੱਥੇ ਅਸੀਂ ਮਤਲਬ ਕਿਵੇਂ ਇਸ ਨੂੰ ਡਿਫਾਈਨ ਕਰਾਂਗੇ? ਹਾਂਜੀ ਬਿਲਕੁਲ ਜੀ, ਪੰਜਾਬ ਦੇ ਵਿੱਚ ਅਤੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਅਤੇ ਸਿੱਖੀ ਦੀ ਹੋਂਦ ਨੂੰ ਖਤਰਾ ਵਾ। ਲੋਕ ਕਹਿੰਦੇ ਜੀ ਕਿਸ ਤਰ੍ਹਾਂ ਖਤਰਾ? ਤੁਸੀਂ ਕਹਿੰਦੇ ਜੇ ਵੇਖੋ, ਜੋ 1947 ਤੋਂ ਲੈ ਕੇ ਹੁਣ ਤੱਕ ਇੰਡੀਆ ਦਾ ਕੋਨਸਟੀਟਿਊਸ਼ਨ ਜਿਹੜਾ ਵਾ ਉਹ ਸਿੱਖਾਂ ਨੂੰ ਸਿੱਖ ਨਹੀਂ ਸਮਝਦਾ, ਪੰਜਾਬੀ ਬੋਲੀ ਨੂੰ ਮਾਨਤਾ ਨਹੀਂ ਦਿੰਦਾ, ਪੰਜਾਬੀ ਸੂਬੇ ਨੂੰ ਇਹਨਾਂ ਨੇ ਨਹੀਂ ਬਣ ਦਿੱਤਾ, ਅਤੇ ਫਿਰ ਪੰਜਾਬ ਦੇ ਨੈਚੁਰਲ ਸੋਰਸ ਜਿਹੜੇ ਨੇ ਉਹ ਇਹ ਲੁੱਟ ਕੇ ਖੜ ਰਹੇ ਨੇ ਵਿਦਾਊਟ ਐਨੀ ਕੰਪਨਸੇਸ਼ਨ। ਫਿਰ ਜਿਹੜੀ ਪੰਜਾਬ ਦੀ ਪ੍ਰੋਡਿਊਸ ਆ ਉਹਦੀ ਪ੍ਰਾਈਸ ਅਤੇ ਫੈਡਰਲਾਈਜ਼ ਦੀ ਪ੍ਰਾਈਸ ਇੰਡੀਅਨ ਗੌਰਮੈਂਟ ਜਿਹੜੀ ਆ ਉਹ ਸੈੱਟ ਕਰਦੀ ਆ। ਸੋ ਹਿੰਦੁਸਤਾਨ ਦੀ ਸਰਕਾਰ ਦਾ ਪੰਜਾਬ 'ਤੇ ਟੋਟਲ ਕੰਟਰੋਲ ਆ। ਇਸ ਕੰਟਰੋਲ ਹੋਣ ਕਰਕੇ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਨਹੀਂ, ਕੋਈ ਪੋਲੀਟੀਕਲ ਸਟੈਬਿਲਿਟੀ ਨਹੀਂ। ਜਿਸ ਵੀ ਦੇਸ਼ ਵਿੱਚ ਪੋਲੀਟੀਕਲ ਸਟੈਬਿਲਿਟੀ ਨਹੀਂ ਹੈਗੀ ਉਹ ਪ੍ਰਫੁੱਲਿਤ ਨਹੀਂ ਹੋ ਸਕਦਾ। ਪੰਜਾਬ ਜਿਹੜਾ ਵਾ ਤਾਂ ਹੀ ਤਰੱਕੀ ਕਰ ਸਕਦਾ ਵਾ ਵੀ ਇਹਦੀ ਜਿਹੜਾ ਸੈਲਫ ਗਵਰਨਿੰਗ ਰੂਲ ਹੋਵੇ। ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਵੀ ਪੰਜਾਬ ਅਤੇ ਖਾਲਿਸਤਾਨ 'ਚ ਕੀ ਫਰਕ ਆ, ਖਾਲਿਸਤਾਨ ਦੀ ਨੇਮ ਆਫ ਇੰਡੀਪੈਂਡੈਂਟ ਪੰਜਾਬ। ਜਿਹੜਾ ਤੁਸੀਂ ਏਰੀਏ ਦੀ ਗੱਲ ਕੀਤੀ ਆ, ਕਰੰਟ ਪੰਜਾਬ ਜਿਹੜਾ ਏਰੀਆ ਵਾ 50,000 ਸਕੁਏਅਰ ਕਿਲੋਮੀਟਰ ਆ। ਦਿਸ ਇਜ਼ ਬੇਸਿਕਲੀ 1/10 ਆਫ ਦਾ ਓਰੀਜਨਲ ਪੰਜਾਬ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਹੁੰਦਾ ਸੀ। ਅੱਛਾ ਜਦੋਂ ਫਿਰ ਪਾਰਟੀਸ਼ਨ ਹੋਈ ਉਸ ਤੋਂ ਬਾਅਦ 1948 ਤੋਂ ਲੈ ਕੇ ਹੁਣ ਤੱਕ ਇਹ ਪੰਜਾਬ ਦੇ ਏਰੀਏ ਨੂੰ ਖੁਰਚ ਖੁਰਚ ਕੇ ਛੋਟਾ ਕਰਦੇ ਰਹੇ ਨੇ, ਅਤੇ ਜਦੋਂ ਕਿ ਪੰਜਾਬੀ ਸੂਬਾ ਬਣਿਆ ਉਦੋਂ ਹਰਿਆਣਾ ਅਤੇ ਹਿਮਾਚਲ ਬਣਿਆ ਜਿਹੜਾ ਕਿ ਉਹਨਾਂ ਕਦੀ ਮੰਗਿਆ ਹੀ ਨਹੀਂ ਸੀ। ਸੋ ਡਿਸਕ੍ਰਿਮੀਨੇਸ਼ਨ ਜਿਹੜੀ ਆ ਪੰਜਾਬ ਦੇ ਨਾਲ ਹੋ ਰਹੀ ਆ ਐਟ ਐਵਰੀ ਲੈਵਲ ਸ਼ੁਰੂ ਤੋਂ ਹੀ। ਸੋ ਡਿਸਕ੍ਰਿਮੀਨੇਸ਼ਨ ਅਗੇਂਸਟ ਪੰਜਾਬ ਐਂਡ ਆਲ ਪੰਜਾਬੀਸ ਐਂਡ ਪਰਟੀਕੁਲਰਲੀ ਸਿੱਖਸ। ਹੁਣ ਜਿਹੜੀ ਸਿੱਖਾਂ ਦੀ ਬੋਲੀ ਜਿਹੜੀ ਆ ਉਹਨੂੰ ਮਾਨਤਾ ਨਹੀਂ ਦਿੱਤੀ ਜਾਂਦੀ, ਸਾਰੀ ਜਿਹੜੀ ਆ ਉੱਥੇ ਹਿੰਦੀ ਆ ਰਹੀ ਆ। ਸਿਮੀਲਰਲੀ ਪੰਜਾਬੀ ਸਪੀਕਿੰਗ ਏਰੀਆ ਜਿਹੜੇ ਸੀ ਉਹ ਸਿੱਖਾਂ ਨੂੰ ਜਾਂ ਪੰਜਾਬ ਨੂੰ ਨਹੀਂ ਦਿੱਤੇ ਗਏ। ਸੋ ਵੀ ਵਾਂਟ ਕ੍ਰੀਏਟ ਏ ਬਿਗਰ ਪੰਜਾਬ ਨਾ ਹੋ, ਕਿਉਂਕਿ ਜਿਹੜੇ ਏਰੀਏ ਤੁਸੀਂ ਗੱਲ ਕਰ ਰਹੇ ਜੇ ਕਿ ਨਵਾਂ ਮੈਪ ਜਿਹੜਾ ਇਸ਼ੂ ਕੀਤਾ ਹੋਇਆ ਵਾ, ਦੋਜ਼ ਆਰ ਦੀ ਏਰੀਆਸ ਵਿਚ ਵਰ ਰੀਹੈਬਡ ਬਾਈ ਸਿੱਖਸ। ਕੁਛ ਤਾਂ ਸਾਡੇ ਕੰਟਰੋਲ ਦੇ ਵਿੱਚ ਸੀ, ਕੁਛ ਸਿੱਖਾਂ ਨੇ ਉੱਥੇ ਜਾ ਕੇ ਜੰਗਲ ਸੀ ਅਤੇ ਸੱਪਾਂ ਦੀਆਂ ਸਿਰਾਂ 'ਤੇ ਉੱਤੇ ਪੈਰ ਰੱਖ ਕੇ ਸਿੱਖਾਂ ਨੇ ਉਹ ਬਹਾਲ ਕੀਤੇ ਆ, ਉਹ ਸਾਡੀ ਜਿਹੜੀ ਆ ਉਹ ਜਾਇਦਾਦ ਆ। ਹਾਂ ਬਿਲਕੁਲ, ਇਹ ਵੀ ਮੈਂ ਦੇਖਿਆ ਹੈਗਾ ਕਿ ਇੰਨੇ ਸਮੇਂ ਦੇ ਵਿੱਚ ਹੀ 75 ਸਾਲ ਦਾ ਜਿਹੜਾ ਸਮਾਂ ਹੈ ਜਦੋਂ ਪਾਵਰ ਟਰਾਂਸਫਰ ਹੋਈ ਹੈ ਹਿੰਦੂਵਾਦੀ ਲੀਡਰਸ਼ਿਪ ਨੂੰ ਭਾਰਤ ਦੀ, ਉਦੋਂ ਤੋਂ ਲੈ ਕੇ ਪੰਜਾਬ ਨਿਵਾਣ ਵੱਲ ਗਿਆ, ਥੱਲੇ ਗਿਆ, ਅਤੇ ਬਾਕੀ ਕਮਿਊਨਿਟੀਜ਼ ਨੇ ਅਤੇ ਬਾਕੀ ਖੇਤਰਾਂ ਨੇ ਤਰੱਕੀ ਕੀਤੀ ਹੈ। ਇਹ ਇਹਦਾ ਵੀ ਸ਼ਾਇਦ ਇਹੋ ਹੀ ਕਾਰਨ ਆ ਵੀ ਉਹ ਡਿਸਕ੍ਰਿਮੀਨੇਸ਼ਨ ਜਿਹੜੀ ਪੰਜਾਬ ਦੇ ਨਾਲ। ਹਾਂਜੀ ਉਹ 'ਚ ਦੋ ਤਿੰਨ ਗੱਲਾਂ ਜ਼ਰੂਰੀ ਨੇ। ਇੱਕ ਤਾਂ ਪੰਜਾਬ ਦੇ ਵਿੱਚ ਪੋਲੀਟੀਕਲ ਸਟੈਬਿਲਿਟੀ ਨਹੀਂ ਹੈਗੀ, ਦੂਜੀ ਗੱਲ ਆ ਵੀ ਦੇਰ ਇਜ਼ ਟੋਟਲ ਡਿਸਕ੍ਰਿਮੀਨੇਸ਼ਨ ਐਂਡ ਦ ਕੰਟਰੋਲ ਆਫ ਏ ਫੋਰਨ ਪਾਵਰ ਜਿਹੜੀ ਕਿ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦੀ ਆ ਐਂਡ ਇਕਨੋਮਿਕਲੀ ਵੀਕ ਕਰਨਾ ਚਾਹੁੰਦੀ ਆ। ਹੁਣ ਤੁਸੀਂ ਵੇਖੋ ਜਿਹੜੇ ਦੇਸ਼ ਨੇ, ਵੀਟਨਾਮ, ਸੈਂਟਰਲ ਅਮੈਰੀਕਾ, ਐਕੁਆਡੋਰ, ਨਿਕਰਾਗੁਆ, ਅਤੇ ਸਿਮੀਲਰਲੀ ਸਾਊਥ ਅਮੈਰੀਕਾ ਬੜੀ ਤਰੱਕੀ ਕਰ ਰਹੇ ਨੇ, ਪਰ ਪੰਜਾਬ ਦੇ ਵਿੱਚ ਜਿਹੜੀ ਤਰੱਕੀ ਹੋਣ ਅਤੇ ਕੀ ਹੋਣੀ ਸੀ ਉਹ ਥੱਲੇ ਨੂੰ ਜਾ ਰਿਹਾ ਵਾ। ਦਿਸ ਇਜ਼ ਬਿਕਾਜ਼ ਦ ਫੋਰਨ ਪਾਵਰ ਇਜ਼ ਆਕੂਪਾਇੰਗ ਪੰਜਾਬ, ਹੂ ਹੈਵ ਨੋ ਇੰਟਰਸਟ, ਉਹਨਾਂ ਦਾ ਕੋਈ ਇੰਟਰਸਟ ਨਹੀਂ ਪੰਜਾਬੀਆਂ ਨਾਲ। ਪੰਜਾਬੀਆਂ ਲੋਕਾਂ ਨੂੰ ਇਹ ਸਮਝਣਾ ਪਏਗਾ ਕਿ ਉਹ ਪੰਜਾਬੀ ਨੇ ਅਤੇ ਪੰਜਾਬ ਉਹਨਾਂ ਦਾ ਦੇਸ਼ ਆ, ਕਿਉਂਕਿ ਪੰਜਾਬੀਆਂ ਦਾ ਡੀ ਐਨ ਏ ਵੀ ਵੱਖਰਾ ਵਾ ਬਾਕੀ ਹਿੰਦੁਸਤਾਨ ਦੇ ਲੋਕਾਂ ਨਾਲੋਂ। ਐਂਡ ਇਫ ਯੂਅਰ ਕੰਟਰੀ ਇਜ਼ ਆਕੂਪਾਈਡ ਐਂਡ ਦੇ ਰਨ ਯੂਅਰ ਸ਼ੋ, ਦੈਨ ਯੂ ਆਰ ਦ ਮਰਸੀ ਆਫ ਯੂਅਰ ਰੂਲਰ। ਡੈਫੀਨੇਟਲੀ ਇਟ ਇਜ਼ ਵੈਰੀ ਮੱਚ ਕਲੀਅਰ ਕਿ ਜੋ ਉੱਥੋਂ ਤਾਰਾਂ ਹਿੱਲਣੀਆਂ ਨੇ, ਜੋ ਉੱਥੋਂ ਉਹਨਾਂ ਨੇ ਹੁਕਮ ਕਰਨਾ ਉਹ ਹੀ ਮੰਨਿਆ ਜਾਣਾ, ਭਾਵੇਂ ਇਹ ਤਾਂ ਪਪੇਟਸ ਨੇ, ਭਾਵੇਂ ਬਾਦਲ ਨੇ, ਅਮਰਿੰਦਰ ਸਿੰਘ ਆ ਜਾਂ ਹੁਣ ਭਗਵੰਤ ਮਾਨ। ਤੁਹਾਡੇ ਕੋਲ ਕੋਈ ਫਾਰਮੂਲਾ ਹੈ ਵੀ ਜਦੋਂ ਖਾਲਿਸਤਾਨ ਆਜ਼ਾਦ ਹੋ ਗਿਆ ਫਾਰਮਰਸ ਦੀ ਸੁਸਾਈਡ, ਕੋਈ ਇਸ ਤਰ੍ਹਾਂ ਦਾ ਕੋਈ ਪਲਾਨ ਫਾਰਮਰਸ ਦੇ ਲਈ? ਕਿਉਂਕਿ ਵੈਨ ਪੰਜਾਬ ਇਜ਼ ਲਿਬਰੇਟਡ ਐਂਡ ਬਿਕਮ ਇੰਡੀਪੈਂਡੈਂਟ ਕੰਟਰੀ, ਇਟ ਵਿਲ ਬੀ ਡਿਫਰੈਂਟ ਸਿਸਟਮ ਆਫ ਗਵਰਨੈਂਸ। ਹੁਣ ਵੇਖੋ ਵੱਖਰੀਆਂ ਵੱਖਰੀਆਂ ਪਾਰਟੀਆਂ ਆਉਂਦੀਆਂ ਨੇ ਨਾ, ਜਿਹੜੀਆਂ ਪੰਜਾਬ ਦੇ ਵਿੱਚ ਕਈ ਪਾਰਟੀਆਂ ਆਈਆਂ, ਬਟ ਦੇ ਕੌਨ ਡੂ ਐਨੀਥਿੰਗ, ਕਿਉਂਕਿ ਸਿਸਟਮ ਜਿਹੜਾ ਵਾ ਇਸ ਡੂਮ ਟੂ ਫੇਲ। ਇੱਕ ਇਹਦੇ ਦੋ ਤਿੰਨ ਗੱਲਾਂ ਨੇ, ਇੱਕ ਤਾਂ ਸਿਸਟਮ ਇਜ਼ ਅੰਡਰ ਕੰਟਰੋਲ ਆਫ ਇੰਡੀਅਨ ਗੌਰਮੈਂਟ, ਦੂਜੀ ਚੀਜ਼ ਜਿਹੜਾ ਪੰਜਾਬ ਦੀ ਸਰਕਾਰ ਆ ਇਜ਼ ਆਲਸੋ ਅੰਡਰ ਕੰਟਰੋਲ ਆਫ ਇੰਡੀਅਨ ਗੌਰਮੈਂਟ, ਹੁਣ ਆਮ ਆਦਮੀ ਪਾਰਟੀ ਜਿਹੜੀ ਆ ਇਜ਼ ਆਲਸੋ ਆਊਟਸਾਈਡਰ। ਸੋ 3 ਆਊਟਸਾਈਡਰ ਪਾਵਰਸ ਆ ਕੰਟਰੋਲਿੰਗ ਪੰਜਾਬ। ਦੇ ਡੋਂਟ ਕੇਅਰ ਵੀ ਪੰਜਾਬ ਦੇ ਵਿੱਚ ਤਰੱਕੀ ਹੁੰਦੀ ਜਾਂ ਨਹੀਂ ਹੁੰਦੀ, ਜੇ ਉੱਥੇ ਦਵਾਈਆਂ ਲੋਕਾਂ ਨੂੰ ਮਿਲਦੀਆਂ ਕਿ ਨਹੀਂ ਮਿਲਦੀਆਂ, ਫੂਡ ਮਿਲਦੀ ਕਿ ਨਹੀਂ ਮਿਲਦੀ। ਸੋ ਵਿਲ ਕ੍ਰੀਏਟ ਏ ਨਿਊ ਸਿਸਟਮ ਆਫ ਗਵਰਨੈਂਸ। ਸਿਮੀਲਰਲੀ ਲਾਅ ਐਂਡ ਆਰਡਰ ਜਿਹੜਾ ਵਾ ਟੋਟਲੀ ਫੇਲ ਹੋ ਚੁੱਕਾ ਪੰਜਾਬ ਦੇ ਵਿੱਚ। ਲੋਕਾਂ ਨੂੰ ਡਰ ਆ, ਕੁੰਡੇ ਲਾ ਕੇ ਰਾਤ ਨੂੰ ਜਿੰਦਰੇ ਮਾਰ ਕੇ ਅੰਦਰ ਸੁਣਦੇ ਨੇ। ਸੋ ਵੀ ਵਿਲ ਚੇਂਜ ਦ ਗਵਰਨੈਂਸ ਐਂਡ ਦੀ ਪੁਲਿਸ ਸਿਸਟਮ ਵਿਲ ਚੇਂਜ ਟੂ। ਵੈਰੀ ਗੁੱਡ, ਪੁਲਿਸ ਸਿਸਟਮ 'ਚ ਕਾਫੀ ਸੁਧਾਰਾਂ ਦੀ ਲੋੜ ਹੈ ਅਤੇ ਬਿਲਕੁਲ ਉਹਦੇ ਨਾਲ ਫਿਰ ਨੈਚੁਰਲੀ ਜਦੋਂ ਫਾਰਮਰ ਗਰੋ ਕਰੂਗਾ, ਖੇਤੀਬਾੜੀ ਵਧੀਆ ਹੋਊਗੀ,
ਉਹ ਤਾਂ ਵਰਲਡ ਵਾਈਡ ਮਤਲਬ ਤੁਹਾਡੇ ਰਿਲੇਸ਼ਨ ਹੋਣਗੇ ਟ੍ਰੇਡਸ ਦੇ, ਆਪਣੇ ਵਪਾਰ ਹੋਊਗਾ, ਕਣਕ ਤੁਸੀਂ ਕਿਤੇ ਵੀ ਵੇਚ ਸਕਦੇ ਹੋ ਅਤੇ ਉਹਦੇ ਨਾਲ ਆਪੇ ਪ੍ਰੋਸਪੈਰਿਟੀ ਆਉਣੀ ਹੈ। ਟਰੂ। ਅਤੇ ਇਹਦੇ 'ਚ ਜਿਹੜਾ ਫਿਊਚਰ ਆ ਲੋਕਾਂ ਦਾ, ਹੈ ਨਾ, ਪੰਜਾਬ ਦੇ ਲੋਕਾਂ ਦਾ, ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਵੈਸੇ ਤਾਂ ਖੇਤੀਬਾੜੀ ਪ੍ਰਧਾਨ ਸੂਬਾ, ਪਰ ਵੱਖਰੇ ਤੌਰ 'ਤੇ ਜੇ ਦੇਖੀਏ ਲੋਕ, ਆਮ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ, ਉਹ ਉਹਦੇ ਬਾਰੇ ਕੋਈ ਪਲੈਨਿੰਗ ਹੈ ਸਾਡੀ? ਇਹ ਜੀ ਵੀ ਪਹਿਲੀ ਗੱਲ ਤਾਂ ਯੂ ਨੀਡ ਟੂ ਹੈਵ ਇਕਨੋਮਿਕ ਸਟੈਬਿਲਿਟੀ, ਠੀਕ ਹੈ, ਦੈਨ ਯੂ ਹੈਵ ਟੂ ਹੈਵ ਇਕਨੋਮਿਕ ਕੰਡੀਸ਼ਨਸ ਇਨ ਪੀਪਲ ਹੂ ਫੀਲ ਦੈਟ ਦੇ ਆਰ ਨੋਟ ਹੈਂਡ ਟੂ ਮਾਊਥ। ਸੋ ਪੀਪਲ ਨੀਡ ਟੂ ਹੈਵ ਜੋਬਸ, ਪੀਪਲ ਨੀਡ ਟੂ ਹੈਵ ਇੰਡਸਟਰੀ, ਪੀਪਲ ਨੀਡ ਟੂ ਹੈਵ ਐਜੂਕੇਸ਼ਨ, ਐਂਡ ਦੀਸ ਕੈਨ ਬੀ ਓਨਲੀ ਕ੍ਰੀਏਟਡ ਅੰਡਰ ਦ ਨਿਊ ਸਿਸਟਮ। ਦੀ ਓਲਡ ਸਿਸਟਮ ਡਜ਼ ਨੋਟ ਵਾਂਟ ਟੂ ਕ੍ਰੀਏਟ, ਕੋਈ ਇੰਡਸਟਰੀ ਨਹੀਂ ਪੰਜਾਬ 'ਚ ਕ੍ਰੀਏਟ ਹੋਈ, ਪੰਜਾਬ ਦੀ ਜਿਹੜੀ ਆ ਅਨਾਜ ਆ ਜਾਂ ਉਹਦਾ ਪਾਣੀ ਆ ਉਹ ਜਿਹੜਾ ਵਾ ਲੁੱਟ ਕੇ ਖੜਿਆ ਜਾ ਰਿਹਾ ਵਾ। ਸੋ ਦ ਨਿਊ ਸਿਸਟਮ ਵਿਲ ਬੇਸਿਕਲੀ ਵਿਲ ਕੋਲਾਬੋਰੇਟ ਫਰ ਫਾਰਨ ਗੌਰਮੈਂਟਸ, ਜਿਸ ਤਰ੍ਹਾਂ ਕਿ ਹੁਣ ਵੇਖੋ ਹੋਰ ਦੇਸ਼ ਨੇ ਬਾਹਰਲੇ ਦੇਸ਼ਾਂ ਨੂੰ ਕਹਿੰਦੇ ਨੇ ਸਾਡੇ ਆ ਕੇ ਤੁਸੀਂ ਫੈਕਟਰੀਆਂ ਲਾਓ, ਸਾਡੇ ਨਾਲ ਬਿਜ਼ਨਸ ਕਰੋ, ਸਾਡੇ ਨਾਲ ਵਪਾਰ ਕਰੋ, ਵਿਲ ਡੂ ਦ ਸੇਮ ਥਿੰਗ ਐਂਡ ਵੀ ਵਿਲ ਬੇਸਿਕਲੀ। ਪੰਜਾਬੀਜ਼ ਆ ਵੈਰੀ ਹਾਰਡ ਵਰਕਿੰਗ ਪੀਪਲ, ਦ ਨੰਬਰ ਵਨ ਐਸੈਟ ਪੰਜਾਬ ਦਾ ਕੀ ਆ, ਪੰਜਾਬੀਜ਼ ਆ ਵੈਰੀ ਹਾਰਡ ਵਰਕਿੰਗ ਐਂਡ ਡੈਡੀਕੇਟਡ ਪੀਪਲ, ਵੀ ਕੈਨ ਟਰਨ ਦ ਕੰਟਰੀ ਅਰਾਊਂਡ। ਐਂਡ ਆਲਸੋ ਯੂ ਨੋ ਵਾਈ ਅਮੈਰੀਕਾ ਇਜ਼ ਅ ਗ੍ਰੇਟ ਕੰਟਰੀ, ਬਿਕਾਜ਼ ਵੂਮਨ ਫੋਰਸ, ਵੂਮਨ ਵਰਕ ਫੋਰਸ 50%, ਪੰਜਾਬਣਾਂ ਜਿਹੜੀਆਂ ਨੇ ਬੜੀਆਂ ਤਾਕਤਵਰ ਨੇ, ਆਈ ਥਿੰਕ ਦੇ ਵਿਲ ਕੰਟਰੀਬਿਊਟ ਟੂ ਦ ਇਕਨੋਮੀ, ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਜਾਂਦਾ। ਆਪਾਂ ਮੌਕਾ ਦੇਵਾਂਗੇ ਉਹਨਾਂ ਨੂੰ। ਰੈਫਰੈਂਡਮ ਚੱਲ ਰਿਹਾ, ਲੰਡਨ ਤੋਂ ਸ਼ੁਰੂ ਹੋਇਆ ਸੀ, ਸਿਡਨੀ, ਇਟਲੀ, ਕੈਨੇਡਾ ਦੇ ਵਿੱਚ ਹੋਇਆ, ਹੁਣ ਅਮਰੀਕਾ ਦੀ ਵਾਰੀ ਹੈ। ਪੰਜਾਬ ਦੇ ਲੋਕ ਕਾਫੀ ਐਕਸਾਈਟਡ ਨੇ ਅੰਦਰੋਂ, ਕਿਉਂਕਿ ਗੱਲਬਾਤ ਹੁੰਦੀ ਆ, ਪਤਾ ਲੱਗਦਾ, ਠੀਕ ਹੈ ਵੱਖਰੀ ਗੱਲ ਹੈ, ਉਹ ਬੋਲ ਨਹੀਂ ਸਕਦੇ ਹੈਗੇ, ਹੈ ਨਾ, ਪ੍ਰੈਸ਼ਰ ਬਹੁਤ ਆ, ਦਬਾਅ ਬਹੁਤ ਆ ਪੰਜਾਬ ਦੇ ਲੋਕਾਂ 'ਤੇ। ਪਰ ਜੇ ਪੰਜਾਬ ਦੇ ਲੋਕ ਰੈਫਰੈਂਡਮ 'ਚ ਹਿੱਸਾ ਲੈਣਾ ਚਾਹੁੰਦੇ ਹੁਣ, ਉਹ ਕੀ ਕਰਨ? ਪੰਜਾਬ ਦੇ ਲੋਕ ਪੰਜਾਬ ਨੂੰ ਆਜ਼ਾਦ ਕਰਨਾ ਚਾਹੁੰਦੇ ਨੇ, ਅਤੇ ਰੈਫਰੈਂਡਮ ਇੱਕ ਸ਼ਾਂਤਮਈ ਤਰੀਕਾ ਵਾ, ਕਿਉਂਕਿ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਡਰਾਇਆ ਜਾ ਰਿਹਾ ਵਾ, ਔਰ ਇਫ ਦੇ ਸਪੀਕ ਦੇ ਆਰ ਬੇਸਿਕਲੀ ਚਾਰਜਡ ਐਂਡ ਦੇ ਆਰ ਬੇਸਿਕਲੀ ਅਰੈਸਟਡ ਔਰ ਟੋਰਚਰਡ। ਸੋ ਪੰਜਾਬ ਦੇ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਉਹ ਰੈਫਰੈਂਡਮ ਦੇ ਥਰੂ ਪੰਜਾਬ ਦੀ ਆਜ਼ਾਦੀ ਜਿਹੜੀ ਆ ਉਹ ਲੈਣ, ਸ਼ਾਂਤਮਈ ਤਰੀਕੇ ਨਾਲ। ਵੋਲ ਕ੍ਰੀਏਟ ਏ ਸਿਸਟਮ 26 ਜਨਵਰੀ ਤੋਂ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਦੀਆਂ ਵੋਟਾਂ ਜਿਹਦੀ ਰਜਿਸਟਰੇਸ਼ਨ ਜਿਹੜੀ ਆ 26 ਜਨਵਰੀ ਨੂੰ ਸ਼ੁਰੂ ਹੋ ਰਹੀ ਆ। ਸੋ ਵੰਸ ਦੇ ਰਜਿਸਟਰ ਦਾ ਵੋਟ ਦੇ ਵਿਲ ਬੀ ਏਬਲ ਟੂ ਵੋਟ। ਇਹ ਗੁਪਤ ਤਰੀਕੇ ਨਾਲ ਰਜਿਸਟਰੇਸ਼ਨ ਹੋ ਰਹੀ ਹੈ ਕਿਉਂਕਿ ਖੁੱਲ੍ਹੇਆਮ ਤਾਂ ਕਰਨ ਨਹੀਂ ਦੇਣੀ ਸਰਕਾਰ? ਦੈਟਸ ਅ ਗੁੱਡ ਕੁਐਸਚਨ, ਬਟ ਵੀ ਆਰ ਨੋਟ ਟੈਲਿੰਗ ਹਾਊ ਵੀ ਗੋਇੰਗ ਟੂ ਰਜਿਸਟਰ, ਬਿਕਾਜ਼ ਵੈਨ ਦ ਟਾਈਮ ਕਮਸ ਵਿਲ ਸੇ ਵਿਲ ਟੈਲ ਦਮ ਹਾਊ ਵੀ ਗੋਇੰਗ ਟੂ ਰਜਿਸਟਰ ਇਟ, ਬਿਕਾਜ਼ ਵੀ ਡੋਨਟ ਵਾਂਟ ਬੇਸਿਕਲੀ ਅਵਰ ਆਪੋਜੀਸ਼ਨ ਟੂ ਨੋ ਅਵਰ ਟੈਕਨੀਕਲ ਮੈਥਡਸ। ਵੈਰੀ ਗੁੱਡ, ਥੈਂਕ ਯੂ, ਵੈਰੀ ਗੁੱਡ। ਬਾਕੀ ਜਿਹੜੀਆਂ ਜਥੇਬੰਦੀਆਂ ਨੇ ਵਰਲਡ ਵਾਈਡ ਨੇ, ਪੰਜਾਬ 'ਚ ਵੀ ਨੇ ਸਿੱਖ ਜਥੇਬੰਦੀਆਂ, ਵਰਲਡ ਵਾਈਡ ਨੇ ਪੋਲੀਟੀਕਲ ਜਥੇਬੰਦੀਆਂ ਨੇ ਸਿੱਖਾਂ ਦੀਆਂ, ਅਤੇ ਸੋਸ਼ਲ ਔਰਗੇਨਾਈਜੇਸ਼ਨਸ ਵੀ ਹੈਗੀਆਂ ਨੇ ਸਿੱਖਾਂ ਦੀਆਂ, ਉਹਨਾਂ ਬਾਰੇ ਕੋਈ ਮੈਸੇਜ ਹੈ ਤੁਹਾਡੇ ਕੋਲ? ਹਾਂਜੀ, ਮੇਰਾ ਮੈਸੇਜ ਆ, ਮੇਰੀ ਬੇਨਤੀ ਆ ਵੀ ਜਿਹੜੀਆਂ ਪੰਜਾਬ ਦੇ ਵਿੱਚ ਜਾਂ ਜਿਹੜੀਆਂ ਸਿੱਖ ਔਰਗੇਨਾਈਜੇਸ਼ਨ ਨੇ ਪੰਜਾਬ ਤੋਂ ਬਾਹਰ, ਇਹ ਵੱਖਰੀ ਵੱਖਰੀਆਂ ਪੰਜਾਬ ਦੀ ਪੋਲੀਟੀਕਲ ਪਾਵਰਸ ਨੂੰ ਸਪੋਰਟ ਕਰਦੀਆਂ ਰਹੀਆਂ ਨੇ, ਅਤੇ ਇਹਨਾਂ ਦੇ ਮਨ 'ਚ ਮੈਂ ਬਾਦਲ ਦੀ ਪਾਰਟੀ ਨੂੰ ਸਪੋਰਟ ਕਰ ਦੇਣਾ, ਕਾਂਗਰਸ ਨੂੰ ਸਪੋਰਟ ਕਰ ਦੇਣਾ, ਆਮ ਆਦਮੀ ਨੂੰ ਸਪੋਰਟ ਕਰ ਦੇਣਾ ਵਾ, ਪਰ ਅਸੀਂ ਇਹਨਾਂ ਨੂੰ ਕਹਿੰਦੇ ਰਹੇ ਹਾਂ ਕਿ ਤੁਸੀਂ ਇਹ ਵਿਲ ਨੋਟ ਵਰਕ, ਵੀ ਇਹ ਕੰਮ ਨਹੀਂ ਕਰ ਸਕਦਾ। ਅੱਛਾ, ਹੁਣ ਮੈਂ ਇਹਨਾਂ ਨੂੰ ਇਹ ਬੇਨਤੀ ਕਰਦਾ, 75 ਸਾਲ ਦਾ ਤਜਰਬਾ ਤੁਹਾਡਾ ਹੋ ਗਿਆ ਵਾ, ਜਿਹਨਾਂ ਪਾਰਟੀਆਂ ਤੁਸੀਂ ਸਪੋਰਟ ਕਰਦੇ ਰਹੇ ਜੇ ਉਹ ਪੰਜਾਬ ਦੇ ਲੋਕਾਂ ਦਾ ਧਿਆਨ ਤਾਂ ਨਹੀਂ ਕਰਦੇ, ਦੂਜੀ ਗੱਲ ਉਹ ਜਿਹੜੀਆਂ ਪਾਰਟੀਆਂ ਦੇ ਨੁਮਾਇੰਦੇ ਨੇ ਉਹ ਤਾਂ ਕਦੀ ਛੱਡ ਕੇ ਦੂਜੀ ਪਾਰਟੀ ਚਲੇ ਗਏ, ਤੀਜੀ ਪਾਰਟੀ ਚਲੇ ਗਏ। ਸੋ ਟੂ ਹੂਮ ਆਰ ਯੂ ਸਪੋਰਟਿੰਗ? ਜਿਹੜੇ ਇਹ ਸਾਡੀਆਂ ਜਿਹੜੀਆਂ ਸਿੱਖਾਂ ਦੀਆਂ ਜਥੇਬੰਦੀਆਂ ਨੇ ਜਾਂ ਜਿਹੜੇ ਸਿੱਖ ਵੀ ਨੇ ਪੰਜਾਬ ਦੀਆਂ ਪਾਰਟੀਆਂ ਸਿਆਸੀ ਪੈਣੇ ਸਪੋਰਟ ਕਰਦੇ ਨੇ, ਕਿਹਨੂੰ ਸਪੋਰਟ ਕਰਦੇ ਤੁਸੀਂ? ਕਿਸੇ ਬੰਦੇ ਨੂੰ ਸਪੋਰਟ ਕਰਦੇ ਜੇ ਕਿ ਪਾਰਟੀ ਨੂੰ ਸਪੋਰਟ ਕਰਦੇ ਜੇ? ਨਾ ਤੁਹਾਡੀ ਉੱਥੇ ਪਾਰਟੀ ਰਹੀ ਹੈ, ਨਾ ਉੱਥੇ ਬੰਦਾ ਰਿਹਾ ਵਾ ਜਿਹਨੂੰ ਤੁਸੀਂ ਸਪੋਰਟ ਕਰਦੇ ਜੋ, ਉਹ ਆਪ ਹੀ ਨਹੀਂ, ਹੀ ਡਜ਼ਨਟ ਨੋ ਕਿ ਉਹਨੇ ਕਿਹੜੀ ਪਾਰਟੀ ਜਾਣਾ ਵਾ, ਕਿ ਪੰਜਾਬ ਦੀਆਂ ਪ੍ਰੋਬਲਮਾਂ ਕੀ ਨੇ, ਸਮੱਸਿਆਵਾਂ ਕੀ ਨੇ। ਸੋ ਇਸ ਕਰਕੇ ਲੈਟਸ ਕ੍ਰੀਏਟ ਪੰਜਾਬ ਐਜ਼ ਐਨ ਇੰਡੀਪੈਂਡੈਂਟ ਕੰਟਰੀ, ਆਪਣਾ ਰਾਜ ਕਰੀਏ, ਤਾਂ ਹੀ ਪੰਜਾਬੀਆਂ ਦਾ ਜਿਹੜਾ ਵਾ ਉਹ ਭਲਾ ਹੋ ਸਕਦਾ। ਬਹੁਤ ਵਧੀਆ। ਜਿਹੜਾ ਮਤਲਬ ਹੁਣ ਰੈਫਰੈਂਡਮ ਇੱਕ ਫਾਈਨਲ ਕਦਮ ਵੱਲ ਜਾ ਰਿਹਾ, ਹੈ ਨਾ, ਬਹੁਤ ਵਧੀਆ ਗੱਲ ਹੈ। ਅਤੇ ਸਮੁੱਚੇ ਸਿੱਖਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਜਾਂ ਕਹਿ ਲਈਏ ਕਿ ਗੁਰਦੁਆਰਾ ਕਮੇਟੀਆਂ ਦਾ ਇੱਕ ਆਪਣਾ ਯੋਗਦਾਨ ਹੈ, ਗੁਰਦੁਆਰਾ ਕਮੇਟੀਆਂ ਦਾ ਇੱਕ ਵੱਖਰਾ ਰੋਲ ਵੀ ਹੈ ਕਿਉਂਕਿ ਧਾਰਮਿਕ ਪੱਧਰ ਦੇ ਉੱਤੇ ਹੀ ਵਰਕ ਕਰਨ ਦੇ ਵਿੱਚ ਯਕੀਨ ਕਰਦੀਆਂ ਨੇ, ਉਹਨਾਂ ਨੂੰ ਕੋਈ ਗੁਰਦਾਂ ਦੀ ਕਮੇਟੀਆਂ ਨੂੰ ਮੈਂ ਫਿਰ ਬੇਨਤੀ ਕਰਦਾ ਹਾਂ, ਵੇਖੋ ਵੀ ਗੁਰਦੁਆਰਾ ਦਾ ਸਿੱਖ ਇੰਸਟੀਟਿਊਸ਼ਨ, ਅਤੇ ਸਿੱਖ ਇੰਸਟੀਟਿਊਸ਼ਨ ਜਿਹੜੇ ਨੇ ਇਹ ਮੀਰੀ ਪੀਰੀ 'ਚ ਵਿਸ਼ਵਾਸ ਕਰਦੇ ਨੇ, ਅਤੇ ਮੀਰੀ ਪੀਰੀ ਦਾ ਸਿਧਾਂਤ ਕਿਉਂ ਸਿੱਖਾਂ ਨੂੰ ਅਡੋਪਟ ਕਰਨਾ ਪਿਆ? ਕਿਉਂਕਿ ਗੁਰੂ ਅਰਜਨ ਦੇਵ ਜੀ ਨੇ
अपने पुत्र गुरु हरगोबिंद साहब नूं कह दिता सी कि हुण जिहड़ी सानूं शक्ति चाहीदी है, क्योंकि कोई भी राइट्स जिहड़े ना यू कैन नॉट प्रोटेक्ट योर राइट्स, तुसीं अपने जिहड़े हक ने बचा नहीं सकदे जिहड़े तुहाडे कोल पोलिटिकल पावर आ जां तुहाडे कोल किसे तरहां दी पावर हैगी आ। सो इस करके क्योंकि एक मीरी पीरी दा सिद्धांत आ ਉਹ ਸਿੱਖਜ਼ਮ ਜਿਹੜਾ ਵਾ ਪ੍ਰਫੁੱਲਤ ਆ, ਪਰ ਇਹ ਸਾਰੀ ਦੁਨੀਆ ਹੀ ਪ੍ਰੈਕਟਿਸ ਕਰਦੀ ਆ ਮੀਰੀ ਪੀਰੀ ਦੇ ਸਿਧਾਂਤ ਨੂੰ। ਵੇਖੋ ਜਿਹੜੇ ਕੋਈ ਧਰਮ ਲੈ ਲਓ ਤੁਸੀਂ, ਹੈ ਨਾ, ਤੁਸੀਂ ਹਿੰਦੂ ਧਰਮ ਲੈ ਲਓ ਜਾਂ ਬੁੱਧ ਧਰਮ ਲੈ ਲਓ ਜਾਂ ਤੁਸੀਂ ਕ੍ਰਿਸਚੈਨਿਟੀ ਲੈ ਲਓ, ਮੁਸਲਿਮ ਲੈ ਲਓ, ਦੇ ਜਿਹੜੇ ਮੀਰੀ ਪੀਰੀ ਦਾ ਤਾਂ ਸਾਰੇ ਨੇ, ਦੇ ਆਰ ਆਲ ਪੋਲੀਟੀਕਲੀ ਇਨਵੋਲਵਡ। ਭਾਵੇਂ ਤੁਸੀਂ ਇੱਕ ਧਰਮ ਨੂੰ ਬਿਲੋਂਗ ਕਰਦੇ ਜੇ, ਪਰ ਤੁਸੀਂ ਪੋਲੀਟੀਕਲ ਪੋਲੀਟਿਕਸ 'ਤੇ ਹੈਗੇ ਜੇ ਨਾ ਸਾਰੇ, ਤਾਂ ਸਿੱਖ ਵੀ ਇਸ ਤਰ੍ਹਾਂ ਨੇ। ਸੋ ਇਸ ਕਰਕੇ ਗੁਰਦੁਆਰਿਆਂ ਦੀ ਇਹ ਜਿਹੜੀ ਆ ਜ਼ਿੰਮੇਵਾਰੀ ਬਣਦੀ ਹੈ ਗੁਰਦੁਆਰਿਆਂ ਦੀਆਂ ਕਮੇਟੀਆਂ ਦੀ, ਵੀ ਸਿੱਖ ਕੌਮ ਨੂੰ ਇਹ ਲੀਡਰਸ਼ਿਪ ਨੇ ਜਿਹੜੀ ਸਿੱਖ ਦੀਆਂ ਕਮੇਟੀਆਂ ਨੇ ਗੁਰਦੁਆਰਿਆਂ ਦੀਆਂ, ਦੇ ਹਨ ਲੀਡਰਸ਼ਿਪ ਰੋਲ ਇਹ ਜਿਹੜੀ ਆ ਮੀਰੀ ਪੀਰੀ ਦੇ ਸਿਧਾਂਤ ਨੂੰ ਉਭਾਰਨ ਅਤੇ ਸਿੱਖਾਂ ਨੂੰ ਇੱਕ ਨੈਸ਼ਨਲਿਸਟ ਦੇ ਤੌਰ 'ਤੇ ਸੋਚਣਾ ਚਾਹੀਦਾ। ਅਤੇ ਸਿੱਖਸ ਗੋਟ ਟੂ ਥਿੰਕ ਐਜ ਏ ਸਿੱਖ ਨੈਸ਼ਨਲਿਸਟ, ਪੰਜਾਬੀ ਨੈਸ਼ਨਲਿਜ਼ਮ ਜਿਹੜਾ ਵਾ ਸਾਨੂੰ ਅਡੋਪਟ ਕਰਨਾ ਚਾਹੀਦਾ ਵਾ, ਕਿਉਂਕਿ ਇੱਕ ਪਾਸੇ ਹਿੰਦੂ ਨੈਸ਼ਨਲਿਜ਼ਮ ਆ, ਇੱਕ ਪਾਸੇ ਇੰਡੀਅਨ ਨੈਸ਼ਨਲਿਜ਼ਮ ਆ, ਸਾਰੇ ਜਿਹੜੇ ਨੇ ਦੇਸ਼ ਨੇ ਉਹ ਆਪਣੇ ਨੈਸ਼ਨਲਿਜ਼ਮ ਦੇ ਧਾਰ 'ਤੇ ਚੱਲਦੇ ਨੇ। ਸੋ ਸਿੱਖਾਂ ਨੂੰ ਵੀ ਇੱਕ ਪੰਜਾਬੀ ਨੈਸ਼ਨਲਿਸਟ, ਇੱਕ ਸਿੱਖ ਨੈਸ਼ਨਲ ਦੇ ਤੌਰ 'ਤੇ ਸੋਚਣਾ ਚਾਹੀਦਾ। ਉਹ ਕਿਉਂ, ਜਿਸ ਤਰ੍ਹਾਂ ਕੋਈ ਗੱਲ ਹੁੰਦੀ ਹੈ, ਜਿਸ ਤਰ੍ਹਾਂ ਬਲੱਡ 'ਚ ਹੋਣਾ ਚਾਹੀਦਾ ਸਿੱਖ ਨੇ, ਬਲੱਡ 'ਚ ਹੋਣਾ ਚਾਹੀਦਾ ਵਾ। ਹੁਣ ਜੇ ਕੋਈ ਮਾੜੀ ਜਿਹੀ ਗੱਲ ਹੋਵੇ ਤਾਂ ਸਾਰਾ ਜਿਹੜਾ ਹਿੰਦੁਸਤਾਨ ਆ ਉਹ ਸਿੱਖਾਂ ਦੇ ਵਿਰੁੱਧ ਹੋ ਜਾਂਦਾ ਵਾ, ਪਰ ਜੇ ਸਿੱਖਾਂ ਦੇ ਵਿਰੁੱਧ ਕੋਈ ਗੱਲ ਹੁੰਦੀ ਆ, ਕੋਈ ਹਿੰਦੁਸਤਾਨੀ ਬੋਲਦਾ ਤੁਹਾਡੇ ਬਾਰੇ? ਕੋਈ ਨਹੀਂ ਕਹਿੰਦਾ। ਜਿਸ ਤਰ੍ਹਾਂ ਕਿ ਮਤਲਬ ਸ਼ਹੀਦ ਭਾਈ ਨਿੱਜ ਦੀ ਸ਼ਹੀਦੀ ਹੋਈ ਆ, ਠੀਕ ਹੈ ਜੀ, ਸਾਰਾ ਹਿੰਦੁਸਤਾਨ ਬੜਾ ਖੁਸ਼ ਆ, ਪਰ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀ ਯਾਰ ਇਹ ਗਲਤ ਹੋਇਆ ਵਾ, ਦਿਸ ਇਜ਼ ਰੋਂਗ। ਇਹ ਪੁਆਇੰਟ ਬੜਾ ਵੈਲਿਡ ਪੁਆਇੰਟ ਆ ਵੀ ਜਦੋਂ ਕੌਮ ਦਾ ਸੁੱਖ ਹੈ ਤਾਂ ਸਾਰੇ ਵਧਾਈਆਂ ਦਿੰਦੇ ਨੇ, ਜਦੋਂ ਦੂਜੇ ਦੀ ਕੌਮ ਦਾ ਕੋਈ ਸੁੱਖ ਹੁੰਦਾ ਰਾਮ ਮੰਦਰ ਹੀ ਆ, ਸੁਖਬੀਰ ਬਾਦਲ ਵੀ ਵਧਾਈਆਂ ਦੇ ਰਿਹਾ, ਫਲਾਣਾ ਵੀ ਦਾਦੂਵਾਲ ਵੀ ਵਧਾਈਆਂ ਦੇ ਰਿਹਾ, ਜਦੋਂ ਸਾਡਾ ਦੁੱਖ ਆ ਉਹਦੇ ਸਾਡਾ ਦੁੱਖ ਨਾਲ ਦੁੱਖ ਸਾਂਝਾ ਨਹੀਂ ਕਰਦੇ ਇਹ ਲੋਕ, ਸਾਂਝਾ ਤਾਂ ਕਰਨਾ ਕਿਉਂ ਆ ਜੀ, ਇਹ ਤਾਂ ਦੇ ਆਰ ਫੀਲਿੰਗ ਹੈਪੀ, ਦੇ ਡਿਸਟ੍ਰੀਬਿਊਟ ਸਵੀਟਸ। ਮੈਂ ਕਹਿੰਦਾ ਵਾਂ ਵੀ ਸਿੱਖਾਂ ਨੂੰ ਇਹ ਸਮਝਣਾ ਚਾਹੀਦਾ ਵਾ ਕਿ ਜੇ ਤੁਸੀਂ ਆਪਣੀ ਆਜ਼ਾਦੀ ਲੈਣੀ ਆ, ਜੇ ਤੁਸੀਂ ਆਪਣਾ ਹੱਕ ਲੈਣੇ ਨੇ, ਅਤੇ ਜੇ ਤੁਸੀਂ ਇਕਨੋਮਿਕ ਪਾਵਰ ਬਣਨਾ ਵਾ ਤਾਂ ਪੋਲੀਟੀਕਲ ਸਟੈਬਿਲਿਟੀ ਚਾਹੀਦੀ ਆ, ਅਤੇ ਪੋਲੀਟੀਕਲ ਸਟੈਬਿਲਿਟੀ ਤਾਂ ਹੀ ਆ ਸਕਦੀ ਆ ਜੇ ਪੰਜਾਬ ਆਜ਼ਾਦ ਦੇਸ਼ ਬਣੇਗਾ। ਜਿੰਨਾ ਚਿਰ ਤੱਕ ਹਿੰਦੁਸਤਾਨ ਦਾ ਕਬਜ਼ਾ ਵਾ ਪੰਜਾਬ 'ਤੇ, ਤੁਹਾਡੀ ਕੋਈ ਪੋਲੀਟੀਕਲ ਸਟੈਬਿਲਿਟੀ ਨਹੀਂ ਹੋ ਸਕਦੀ। ਸੋ ਪੋਲੀਟੀਕਲ ਸਟੈਬਿਲਿਟੀ ਦੇ ਨਾਲ ਹੀ, ਪੋਲੀਟੀਕਲ ਸਟੈਬਿਲਿਟੀ ਦੇ ਨਾਲ ਹੀ ਅਸੀਂ ਜਿਹੜੀ ਆ ਸ਼ਕਤੀ ਜਿਹੜੀ ਆ ਉਹ ਲੈ ਸਕਦੇ ਹਾਂ। ਅਤੇ ਨਾਲ ਅਸੀਂ ਵੇਖੋ ਪੰਜਾਬ ਪੰਜਾਬੀਆਂ ਦਾ ਦੇਸ਼ ਹੈ, ਸਾਰੇ ਪੰਜਾਬੀ ਹਿੰਦੂ ਮੁਸਲਮਾਨ ਸਿੱਖ ਇਸਾਈ ਜਿਹੜੇ ਵੀ ਉੱਥੇ ਰਹਿੰਦੇ ਨੇ ਉਹਨਾਂ ਦੇ ਹੱਕਾਂ ਵਾਸਤੇ ਅਸੀਂ ਲੜ ਰਹੇ ਹਾਂ ਉਹਨਾਂ ਵਾਸਤੇ। ਇਹਨਾਂ ਤਾਂ ਮੈਂ ਵੀ ਵਾਅਦੇ ਨਾਲ ਕਹਿ ਸਕਦਾ ਵੀ ਜਿਹੜਾ ਖਾਲਿਸਤਾਨ ਹੈ ਨਾ, ਖਾਲੀ ਕਾਗਜ਼ 'ਤੇ ਲਿਖ ਕੇ ਦੇ ਸਕਦੇ ਹਾਂ ਵੀ ਉਹਦੇ 'ਚ ਕਿਸੇ ਨਾਲ ਨਾਇਨਸਾਫੀ ਨਹੀਂ ਹੋਊਗੀ, ਮਤਲਬ ਇੰਨਾ, ਕਿਉਂਕਿ ਗੁਰੂ ਦਾ ਊਟ ਆਸਰਾ ਮੰਨ ਕੇ ਚੱਲਣ ਵਾਲੇ ਸਿੱਖਾਂ ਨੇ ਰਾਜ ਕਰਨਾ ਉੱਥੇ। ਸੋ ਮੈਂ ਇੱਕ ਸਵਾਲ ਤੁਹਾਨੂੰ ਬਾਅਦ 'ਚ ਕਰਾਂਗਾ, ਪਹਿਲਾਂ ਮਾਈਕ ਇੱਧਰ ਕਰ ਦੂੰ ਅਤੇ ਮੈਂ ਬਾਅਦ 'ਚ ਪੁੱਛਾਂਗਾ ਤੁਹਾਨੂੰ ਸਵਾਲ ਕਿ ਤੁਹਾਡੇ 'ਚ ਇੰਨੀ ਐਨਰਜੀ ਆਉਂਦੀ ਕਿੱਥੋਂ, ਸਾਡੇ ਜਿਹੜੇ ਮੁੰਡੇ ਖੁੰਡੇ ਨੇ ਉਹ ਇੰਨਾ ਕੰਮ ਕਿਉਂ ਨਹੀਂ ਕਰ ਸਕਦੇ? ਡਾਕਟਰ ਸਾਹਿਬ ਤੁਹਾਡਾ ਵੀ ਸਵਾਗਤ ਹੈ। ਬਣੀਆਂ ਸੰਧੂ ਸਾਹਿਬ ਨੇ ਸਾਡੇ ਮਨ 'ਚ ਕਾਫੀ ਖਾਲਿਸਤਾਨ ਬਾਰੇ ਜਿਹੜੇ ਸ਼ੰਕੇ ਸੀ ਖਦਸ਼ੇ ਸੀ ਸਾਫ਼ ਕਰਦੇ, ਅਤੇ ਪੰਨੂ ਸਾਹਿਬ ਵੀ ਵੈਸੇ ਜਦੋਂ ਗੱਲ ਕਰਦੇ ਨੇ ਉਹ ਤਾਂ ਲਕੀਰ ਖਿੱਚ ਕੇ ਹੀ ਗੱਲ ਕਰਦੇ ਨੇ। ਥੋੜ੍ਹੀ ਜਿਹੀ ਗੱਲ ਪਿੱਛੋਂ ਕਰੀਏ, ਜਿਹੜਾ ਗ੍ਰੀਨ ਰੈਵੋਲਿਊਸ਼ਨ ਆਇਆ ਸੀ ਉਹਦੇ 'ਚ ਪੰਜਾਬ ਦੀ ਜਿਹੜੀ ਪੈਦਾਵਾਰ ਸੀ ਉਹ ਮੈਨੂੰ ਲੱਗਦਾ ਕਿ 38% ਵਧੀ ਸੀ ਇੱਕਦਮ 4-5 ਸਾਲਾਂ ਦੇ ਅੰਦਰ ਅੰਦਰ ਹੀ। ਉਹਦੇ 'ਚ ਫਿਰ ਕਾਫੀ ਕੁਛ ਹੋਇਆ, ਉਹਦੇ 'ਚ ਜਿਹੜਾ ਸਭ ਤੋਂ ਵੱਡਾ ਪੱਖ ਹੈ ਕਿ ਕਿਸਾਨ ਕੋਲ ਪੈਸਾ ਆਉਣਾ ਸ਼ੁਰੂ ਹੋ ਗਿਆ, ਅਤੇ ਉਹ ਪੈਸਾ ਜਿਹੜਾ ਹੈ ਜਿਹੜਾ ਦੋ ਪਾਸੇ ਲੱਗਿਆ ਕਿਸਾਨ ਦਾ, ਕਿਸਾਨ ਉਹਦੇ 'ਚ ਕੁਛ ਨਹੀਂ ਬਣਾ ਸਕਿਆ, ਉਹਨੇ ਘਰ ਬਣਾ ਲਏ ਆਪਣੇ ਪੱਕੇ ਹੋ ਗਏ ਘਰ, ਦੂਜਾ ਉਹਨੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਉਹ ਪੈਸੇ ਨਾਲ, ਅਤੇ ਇੱਕ ਵੱਡਾ ਹਿੱਸਾ ਉਹਨੇ ਗੁਰੂ ਦਾ ਜਿਹੜਾ ਸ਼ੁਕਰਾਨਾ ਕੀਤਾ ਵੀ ਇਹ ਮੇਰੀ ਕਮਾਈ 'ਚ ਵਾਧਾ ਹੋਇਆ, ਵੀ ਇਹ ਹਿੱਸਾ ਗੁਰੂ ਦਾ ਉਹਨੇ ਲੰਗਰਾਂ 'ਚ ਵੀ ਪਾਇਆ। ਮੇਰੇ ਸਿੱਧਾ ਕਹਿਣ ਦਾ ਮਤਲਬ ਹੈ ਕਿ ਇੱਕ ਵੱਡਾ ਹਿੱਸਾ ਉਹਨੇ SGPC ਨੂੰ ਵੀ ਦਿੱਤਾ। ਤੁਸੀਂ ਇਹਦੇ ਬਾਰੇ ਕੀ ਕਹੋਗੇ? ਕਿਉਂਕਿ ਉਸ ਪੈਸੇ ਨਾਲ ਇੰਸਟੀਟਿਊਸ਼ਨਸ ਬਣਨੇ ਚਾਹੀਦੇ ਸੀ ਪੰਜਾਬ 'ਚ, ਦਿਮਾਗ ਘੜੇ ਜਾਣੇ ਚਾਹੀਦੇ ਸੀ, ਉਹ ਚੀਜ਼ ਮੈਂ ਮਹਿਸੂਸ ਕਰਦਾ ਵੀ ਯਾਰ ਉਹ ਗੱਲ ਹੋਈ ਨਹੀਂ। ਦੇਖੋ ਜਿਹੜੇ ਪੰਜਾਬ ਦੇ ਕਿਸਾਨ ਆ ਉਹਨਾਂ ਦੀ ਇਨਕਮ ਵਧੀ ਪਰ ਉਹਨਾਂ ਦੀਆਂ ਆਦਤਾਂ ਨਹੀਂ ਬਦਲੀਆਂ। 1930 ਦੇ ਵਿੱਚ ਅਰਾਊਂਡ ਦੈਟ ਟਾਈਮ ਕਿਤਾਬ ਛਪੀ ਸੀ ਪੰਜਾਬ ਪੈਜ਼ੈਂਟਸ ਇਨ ਪ੍ਰੋਸਪੈਰਿਟੀ ਐਂਡ ਡੈਟ,
ਉਹਦੇ 'ਚ ਸਰ ਡਾਰਲਿੰਗ ਲਾਇਲ ਵਨ ਆਫ ਦੀ ਆਥਰਸ ਉਹਨਾਂ ਨੇ ਸਾਰਾ ਡਿਸਟ੍ਰਿਕਟ ਬਾਈ ਡਿਸਟ੍ਰਿਕਟ ਸਾਰੀ ਐਨਾਲਿਸਿਸ ਕੀਤੀ ਵੀ ਇਹਨਾਂ ਦੇ ਕੀ ਚੰਗੇ ਗੁਣ ਨੇ ਅਤੇ ਕੀ ਮਾੜੇ ਅਤੇ ਉਹ ਤਿੰਨ ਚਾਰ ਪ੍ਰੋਬਲਮਾਂ ਉਹਨਾਂ ਨੇ ਆਇਡੈਂਟੀਫਾਈ ਕੀਤੀਆਂ। ਇੱਕ ਤਾਂ ਉਹ ਕਹਿੰਦੇ ਵੀ ਵਿਆਹਾਂ ਦੇ ਉੱਤੇ ਇਹ 18-20 ਸਾਲ ਦੀ ਕਮਾਈ ਖਰਚ ਕਰ ਦਿੰਦੇ ਨੇ ਜਿਹੜੀ ਜਸਟੀਫਾਈ ਨਹੀਂ। ਫਿਰੋਜ਼ਪੁਰ ਅਤੇ ਇੱਕ ਏਰੀਏ 'ਤੇ ਉਹਨਾਂ ਦਿਖਾਇਆ ਕਿ ਫਿਊਨਰਲ ਦੇ ਉੱਤੇ ਵੀ ਇੰਨੇ ਪੈਸੇ ਖਰਚ ਕਰ ਦਿੰਦੇ ਉਦੋਂ ਹਾਂ ਉਦੋਂ 500 ਰੁਪਇਆ ਦੇ ਕਰੀਬ ਉਹ ਕਹਿੰਦੇ ਖਰਚ ਕਰਨਾ ਸੀ। ਫਿਰ ਜਿਹੜੀ ਇਹਨਾਂ ਦੀ ਇੰਪਲਾਇਮੈਂਟ ਬੜੀ ਸੀਜ਼ਨਲ ਆ, ਬਾਕੀ ਦਾ ਟਾਈਮ ਵਿਹਲੇ ਹੁੰਦੇ ਆ ਫਸਲ ਬੀਜ ਕੇ। ਅਤੇ ਕੁਛ ਡਿਸਟ੍ਰਿਕਟ ਉਹਨਾਂ ਨੇ ਆਇਡੈਂਟੀਫਾਈ ਕੀਤੇ ਸੀ ਜਿਵੇਂ ਫਿਰੋਜ਼ਪੁਰ ਬਠਿੰਡਾ ਵੀ ਸ਼ਰਾਬ ਬਹੁਤ ਪੀਂਦੇ ਆ, ਇਹਨਾਂ ਨੂੰ ਕੋਈ ਹਿਸਾਬ ਕਿਤਾਬ ਨਹੀਂ। ਹੁਣ ਕਿਸਾਨ ਦੀ ਇਨਕਮ ਤਾਂ ਵਧੀ ਆ, ਉਹ ਇਨਕਮ ਜਿਹੜੀ ਆ ਜਿਹੜੇ ਮੈਰਿਜ ਪੈਲਸ ਆ ਇਹੀ ਖਾ ਗਏ, ਮੈਰਿਜ ਪੈਲਸ ਖਾ ਗਏ, ਨੰਗ ਹੋ ਰਹੇ ਨੇ, ਕੋਈ ਹਿਸਾਬ ਕਿਤਾਬ ਨਹੀਂ ਪਤਾ ਹੈਗਾ ਕਿਸੇ ਨੂੰ, ਅਕਾਊਂਟਿੰਗ ਦਾ ਨਹੀਂ ਪਤਾ ਹੈ। ਅਤੇ ਉਹ ਵਿਆਹਾਂ 'ਤੇ ਇੰਨੇ ਪੈਸੇ ਖਰਚ ਕਰੀ ਜਾਂਦੇ ਆ, ਬਾਹਰੋਂ ਕਰਕੇ ਵੀ ਖਰੀ ਜਾਂਦੇ ਆ, ਅਤੇ ਉਹਦੇ ਫਿਰ ਜਿਹੜੀ ਗੌਰਮੈਂਟ ਆ ਉਹ ਵੀ ਇਹਦੇ ਵਿੱਚ ਹੈਲਪਫੁਲ ਨਹੀਂ ਹੈ। ਦੇਖੋ ਜਿਹੜਾ ਕੈਲੀਫੋਰਨੀਆ ਦੇ ਵਿੱਚ ਤੁਸੀਂ ਟਰੈਕਟਰ ਲਿਆ, ਤੁਸੀਂ ਟਰੈਕਟਰ ਦੇ ਉੱਤੇ ਲੋਨ ਲੈ ਲਿਆ, ਜੇ ਤੁਸੀਂ ਡਿਫਾਲਟ ਹੋ ਗਏ ਤੁਹਾਡਾ ਟਰੈਕਟਰ ਲੈ ਜੂਗਾ, ਤੁਹਾਡੀ ਜ਼ਮੀਨ ਨਹੀਂ ਲੈ ਸਕਦਾ। ਪੰਜਾਬ ਦੇ ਵਿੱਚ ਐਸੇ ਕੋਈ ਕਾਨੂੰਨ ਨਹੀਂ ਹੈ ਕਿ ਜੇ ਤੁਸੀਂ ਟਰੈਕਟਰ ਲਈ ਡਿਫਾਲਟ ਹੋ ਗਏ ਤਾਂ ਤੁਹਾਡੀ ਜ਼ਮੀਨ ਵੀ ਲਿਖਾ ਲੈਂਦੇ ਦੱਬ ਲੈਂਦੇ, ਉਹ ਲਿਖਾ ਲੈਂਦੇ। ਸੋ ਜਿਹੜੇ ਕਾਨੂੰਨ ਵੀ ਆ ਉਹ ਫਾਰਮਰ ਟਰੈਕਟਰ ਤੋਂ ਹੁੰਦੇ ਨੇ, ਜਾਂਦੀ ਜ਼ਮੀਨ ਆ, ਫਿਰ ਉਹ ਸ਼ਰਮ ਮੰਨਦੇ, ਫਿਰ ਸੁਈਸਾਈਡ ਕਰਦੇ ਨੇ। ਹਾਂਜੀ, ਟਰੈਕਟਰ ਲੈਂਦੇ ਨੇ ਲੋਕ, ਨਵੇਂ ਟਰੈਕਟਰ ਨੂੰ ਜਾ ਕੇ ਵੇਚ ਦਿੰਦੇ ਨੇ, ਫਿਰ ਵਿਆਹਾਂ 'ਤੇ ਖਰਚ ਕਰਦੇ ਨੇ। ਸੋ ਕੋਈ ਵੀ ਜਿਹੜੀ ਕਮਿਊਨਿਟੀ ਹੈਗੀ ਆ ਉਹ ਅਨਨੈਸੈਸਰੀ ਜਿਹੜਾ ਐਕਸਪੈਂਡੀਚਰ ਆ ਉਹਨੂੰ ਬੇਅਰ ਨਹੀਂ ਕਰ ਸਕਦੀ। ਹਾਂ, ਇਹ ਬਹੁਤ ਵੱਡੀ ਗੱਲ ਆ। ਸੋ ਸਾਰੀ ਜਿਹੜੀ ਕਮਾਈ ਆ ਉਹ ਜਿਹੜੇ ਬੱਚੇ ਆ ਗਾਹਾਂ ਉਹ ਇੰਨੇ ਝੰਬੜਾਏ ਆ, ਮੋਟਰਸਾਈਕਲਾਂ 'ਤੇ ਪਟਾਕੇ ਮਾਰਦੇ ਫਿਰਦੇ ਆ, ਪੜ੍ਹਨੋਂ ਹਟ ਕੇ, ਕੁੜੀਆਂ ਪੜ੍ਹਦੀਆਂ ਮੁੰਡੇ ਪੜ੍ਹਦੇ ਨਹੀਂ ਹੈ, ਮੁੰਡੇ ਪੜ੍ਹਦੇ ਨਹੀਂ, ਉਹ ਫਿਰ ਅੱਗੇ ਰਿਸ਼ਤੇ ਮੈਚ ਨਹੀਂ ਹੁੰਦੇ। ਹਾਂ, ਫਿਰ ਉਹ ਬਾਕੀ ਜਿਹੜੇ ਆ ਫਿਰ ਗੁਰਦੁਆਰੇ ਨੂੰ ਦਿੰਦੇ ਆ ਪੈਸੇ, ਬੇਸਿਕਲੀ ਪੈਸੇ ਦੇ ਕੇ ਲੱਭਦੇ ਆ ਕਿ ਵੀ ਅਸੀਂ ਹੁਣ ਰੱਬ ਸਾਨੂੰ ਵਾਪਸ ਕੁਛ ਦਊਗਾ, ਪਰ ਰੱਬ ਨੇ ਤੁਹਾਨੂੰ ਹਿੰਮਤ ਦਿੱਤੀ ਆ, ਰੱਬ ਨੇ ਹਿੰਮਤ ਦਿੱਤੀ ਆ, ਅਤੇ ਰੱਬ ਨੂੰ ਬਲੇਮ ਕਰਨ ਦੀ ਕੀ ਲੋੜ ਆ, ਜੇ ਗਲਤੀ ਤੁਸੀਂ ਆਪ ਕੀਤੀ ਆ ਤਾਂ ਆਪਣਾ ਆਪ ਸੁਧਾਰਨਾ ਪਊਗਾ। ਸੋ ਗੌਰਮੈਂਟ ਜਿਹੜੀ ਆ ਉਹ ਹੈਲਪਫੁਲ ਨਹੀਂ ਹੈ, ਉਹ ਕਿਸਾਨਾਂ ਨੂੰ ਜ਼ਮੀਨ ਖੋਣੀ ਚਾਹੁੰਦੀ ਆ, ਜਿਵੇਂ ਹੁਣ ਕਿਸਾਨ ਅੰਦੋਲਨ 'ਚ ਤੁਸੀਂ ਦੇਖਿਆ, ਦੇ ਵਾਂਟ ਕਿ ਆਕੂਪਾਈ ਜਿਵੇਂ ਬਾਹਰਲੇ ਮੁਲਕਾਂ ਜਾਂ ਕਾਰਪੋਰੇਸ਼ਨਾਂ ਦਾ ਰਾਜ ਹੋ ਜਾਏ, ਚਲੋ ਉਹ ਤਾਂ ਹੁਣ ਹਾਰ ਗਏ, ਪਰ ਜਿੰਨੀ ਦੇ ਕਿਸਾਨ ਆਪਣੀ ਹਿੰਮਤ ਨਹੀਂ ਕਰਨਗੇ, ਕਿਸਾਨਾਂ ਨੂੰ ਕੋਈ ਪ੍ਰੋਬਲਮ ਨਹੀਂ, ਉਹ ਆਪਣੀਆਂ ਕਾਰਪੋਰੇਸ਼ਨਾਂ ਕਿਉਂ ਨਹੀਂ ਬਣਾ ਸਕਦੇ? ਅਡਾਨੀ ਅੰਬਾਨੀ ਕਾਰਪੋਰੇਸ਼ਨ ਬਣਾ ਸਕਦੇ ਆ, ਪੰਜਾਬ ਦੇ ਕਿਸਾਨ ਵੀ ਬਣਾ ਸਕਦੇ ਆ, ਪਰ ਉਹ ਜਿਹੜੇ ਕਾਨੂੰਨ ਦੂਜਿਆਂ ਦੇ ਹੱਥ ਵਿੱਚ ਆ, ਜਿੰਨੀ ਦੇਰ ਤੁਹਾਡੇ ਕੋਲ ਤੁਸੀਂ ਸੈਲਫ ਗਵਰਨਰ ਨਹੀਂ, ਗਵਰਨਿੰਗ ਸਿਸਟਮ ਨਹੀਂ ਨਾ ਹੈ, ਇਟਸ ਹਾਰਡ ਟੂ ਕੰਟਰੋਲ ਐਨੀਥਿੰਗ। ਹੁਣ ਦੇਖੋ ਇਹ ਵੀ ਇੱਕ ਰੀਜ਼ਨ ਆ ਵੀ ਖਾਲਿਸਤਾਨ ਬਣਨਾ ਚਾਹੀਦਾ, ਖਾਲਿਸਤਾਨ ਹੁਣ ਦੇਖੋ ਪੰਜਾਬ ਦੇ ਪੈਸੇ ਜਿਹੜੇ ਆ ਉਹ ਇਕੱਠੇ ਕਰਦੇ ਆ, ਉਹ ਪੰਜਾਬ ਨੂੰ ਮਿੰਨਤਾਂ ਕਰਾ ਕੇ ਦਿੰਦੇ ਆ। ਪੰਜਾਬ ਆਜ਼ਾਦ ਨਹੀਂ ਹੈ, ਦੇਖੋ ਪੰਜਾਬ ਆਜ਼ਾਦ ਹੋਵੇ ਤਾਂ ਪੰਜਾਬ ਦਾ ਗਵਰਨਰ ਪੰਜਾਬ ਦੀ ਅਸੈਂਬਲੀ ਦੇ ਬਿੱਲ ਨੂੰ ਯੈਸ ਕਿਉਂ ਨਹੀਂ ਕਰਦਾ? ਇਹ ਜਿਹੜਾ ਬ੍ਰਿਟਿਸ਼ ਸਿਸਟਮ ਆ ਉਹੀ ਬੇਸਿਕਲੀ ਚੱਲ ਰਿਹਾ, ਗੋਰਿਆਂ ਦੀ ਥਾਂ ਭੂਰਿਆਂ ਦੇ ਹੱਥ ਆ ਗਿਆ, ਉਹ ਜਿਹਨਾਂ ਜਿਹੜੇ ਬੈਠੇ ਹੈਗੇ ਆ ਦਿੱਲੀ ਉਹਨਾਂ ਦੀ ਮਰਜ਼ੀ ਦੇ ਬਿਨਾਂ ਪੰਜਾਬ ਦੇ ਵਿੱਚ ਪੱਤਾ ਨਹੀਂ ਹਿਲਦਾ ਹੈਗਾ। ਤੁਸੀਂ ਮੌਜੂਦਾ ਜਿਹੜੀਆਂ ਹੁਣ ਆਪਾਂ ਵਰਲਡ ਵਾਈਡ ਜਿਹੜੀ ਸਿੱਖ ਪੋਲੀਟਿਕਸ ਆ ਉਹਦੇ 'ਤੇ ਆਉਂਦੇ ਹਾਂ, ਜਿਹੜੀਆਂ ਅਸੈਸੀਨੇਸ਼ਨਸ ਹੋ ਰਹੀਆਂ ਨੇ, ਹਾਂਜੀ, ਇਹ ਸਵਾਲ ਤਾਂ ਮੈਂ ਸੰਧੂ ਸਾਹਿਬ ਤੋਂ ਪੁੱਛਣਾ ਸੀ, ਉਹਨਾਂ ਉਹ ਵੀ ਗੱਲ ਕਰ ਲੈਣਗੇ, ਪਰ ਜਿਹੜੀਆਂ ਅਸੈਸੀਨੇਸ਼ਨਸ ਖਾਸ ਕਰਕੇ ਅਵਤਾਰ ਸਿੰਘ ਖੰਡਾ ਪੰਜਾਬ 'ਚ, ਸਿੱਧੂ ਮੂਸੇਵਾਲਾ, ਦੀਪ ਸਿੱਧੂ, ਅਤੇ ਇੱਥੇ ਭਾਈ ਹਰਦੀਪ ਸਿੰਘ ਨਿੱਜਰ, ਅਤੇ ਉੱਤੋਂ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਕਤਲ ਕਰਨ ਦੀ ਸਾਜਿਸ਼ ਸਾਹਮਣੇ ਆ ਗਈ, ਹੋਰ ਵੀ ਮਤਲਬ ਜੇ ਇਹ ਤਾਂ ਸਾਹਮਣੇ ਆ ਗਈਆਂ ਨਾ, ਕੁਛ ਉਹ ਵਰਕ ਕਰਦੇ ਵੀ ਹੋਣਗੇ, ਹਾਂਜੀ, ਹੈ ਨਾ, ਇਹ ਇਹਦੇ ਬਾਰੇ ਕਿਉਂ ਮਤਲਬ ਕਿਵੇਂ ਲੱਗਦਾ ਤੁਹਾਨੂੰ ਵੀ? ਥੋੜ੍ਹਾ ਜਿਹਾ ਪਿੱਛੇ ਚੱਲੀਏ ਅਤੇ ਫਿਰ ਆਪਾਂ ਇਹਦੇ 'ਤੇ ਆਉਂਦੇ ਹਾਂ। ਹਾਂਜੀ, 47 ਵਿੱਚ ਜਦੋਂ ਇੰਡੀਆ ਡਿਵਾਈਡ ਹੋਇਆ, ਪੰਜਾਬ ਦੇ ਜਿਹੜੇ ਲੀਡਰ ਸੀਗੇ ਉਹਨਾਂ ਦਾ ਵਿਜ਼ਨ ਕੋਈ ਖਾਸ ਨਹੀਂ ਸੀ, ਉਹਨਾਂ ਦਾ ਕੋਈ ਐਕਸਪੀਰੀਅੰਸ ਕੋਈ ਖਾਸ ਨਹੀਂ ਸੀ, ਗੋਰਿਆਂ ਨਾਲ ਮੈਚ ਨਹੀਂ ਕਰ ਸਕਦੇ ਸੀ ਨਾ ਉਹਦੇ ਨਾਲ ਜੀ ਨਾ ਨਾਲ ਹੀ ਮੈਚ। ਹਾਂਜੀ, ਅਤੇ ਗਵਰਨਰ ਜਨਰਲ ਜਿਹੜਾ ਸੀਗਾ ਲਾਸਟ ਵੇਵਲ, ਉਹ ਲਿਖਦਾ ਆਪਣੇ ਜਰਨਲ 'ਚ ਵੀ ਸਿੱਖ ਤਿੰਨ ਮੈਨੂੰ ਮਿਲਣਾ ਆਏ, ਹਰਨਾਮ ਸਿੰਘ,
ਕਰਤਾਰ ਸਿੰਘ, ਮੇਰਾ ਹੈਗਾ ਗਿਆਨੀ ਕਰਤਾਰ ਸਿੰਘ ਉੱਜਲ ਸਿੰਘ, ਕਹਿੰਦਾ 45 ਮਿੰਟ ਬੈਠੇ ਮੈਨੂੰ ਕਹੀ ਜੇ ਰਹਿੰਦੇ ਆ ਵੀ ਸਾਡਾ ਖਿਆਲ ਰੱਖਿਓ, 45 ਮਿੰਟਾਂ 'ਚ ਮੈਨੂੰ ਇਹ ਨਹੀਂ ਦੱਸ ਸਕੇ ਵੀ ਖਿਆਲ ਕੀ ਚਾਹੁੰਦੇ ਆ ਉਹ। ਸੋ ਉਹ ਮੇਰਾ ਮਤਲਬ ਕਹਿਣ ਦਾ ਉਹਨਾਂ ਦਾ ਕੈਲੀਬਰ ਹੈ ਨਹੀਂ ਸੀ ਇਸ ਤਰ੍ਹਾਂ ਦਾ ਵੀ ਜਿਹੜਾ ਕੁਛ ਹੋ ਰਿਹਾ, ਹਾਂਜੀ ਵੀ ਜਿਹੜਾ ਕੁਛ ਹੋ ਰਿਹਾ ਸੀ ਉਹਦੇ ਨਾਲ ਦੇ ਕੁਡ ਨਾਟ ਰਾਈਜ਼, ਕੁਡ ਅੰਡਰਸਟੈਂਡ ਵਟਸ ਹੈਪਨਿੰਗ ਟੂ ਦੈਮ। ਫਿਰ ਉਹਨਾਂ ਨੇ ਗਾਂਧੀ ਦੇ ਧੋਖੇ 'ਚ ਆ ਕੇ ਇਹਨਾਂ ਨਾਲ ਰਲ ਗਏ, ਅਤੇ ਉਦੋਂ ਬਾਅਦ ਜਿਹੜੀ ਲੀਡਰਸ਼ਿਪ ਆਈ ਉਹ ਫਿਰ ਦੇਖੋ ਪ੍ਰੋਮੀਨੈਂਟ ਦਾ ਬਾਦਲ ਕੰਪਨੀ ਆਈ, ਇੱਕ ਵੀਡੀਓ ਰਿਲੀਜ਼ ਹੋਈ ਹੈ ਜਿਹਦੇ 'ਤੇ ਉਹ ਤਰਲੋਚਨ ਸਿੰਘ ਕਹਿ ਰਿਹਾ ਕਿ ਮੈਂ ਬਾਦਲ ਨੂੰ ਲੈ ਕੇ ਗਿਆ ਵਾਜਪਾਈ ਦੇ ਘਰ, ਇਹਨੇ ਜਾਣਾ ਸੀ ਨਿਊਯਾਰਕ ਇਲਾਜ ਕਰਾਉਣ, ਉਦੋਂ ਪਹਿਲਾਂ ਵਾਜਪਾਈ ਨੂੰ ਮਿਲਣਾ ਚਾਹੁੰਦਾ। ਅਤੇ ਵਾਜਪਾਈ ਕਹਿੰਦਾ ਵੀ ਸਰਦਾਰ ਸਾਹਿਬ ਹੁਣ ਸਾਡੀ ਗੌਰਮੈਂਟ ਬਣਨੀ ਹੈ ਅਤੇ ਤੁਸੀਂ ਜੋ ਕੁਛ ਮੇਰੇ ਤੋਂ ਕਰਾਉਣਾ ਕਰਾ ਲਓ ਕਰਾ ਲਓ। ਉਹ ਕਹਿੰਦਾ ਹੱਥ ਜੋੜ ਕੇ ਜੀ ਮੇਰੇ ਮੁੰਡੇ ਨੂੰ ਮਿਨਿਸਟਰ ਬਣਾ ਦਿਓ। ਹੁਣ ਜਿਹੜੇ ਪਹਿਲਿਆਂ ਨੂੰ ਤਾਂ ਪਤਾ ਨਹੀਂ ਸੀ, ਜਿਹੜੇ ਦੂਜੇ ਸੀ ਉਹਨਾਂ ਨੂੰ ਫੈਮਿਲੀ ਤੋਂ ਗਾਂਹ ਨਹੀਂ ਕੁਛ ਦਿਖਿਆ। ਜੇ ਅਮਰਿੰਦਰ ਸਿੰਘ ਖੜ੍ਹਾ ਤਾਂ ਅਮਰਿੰਦਰ ਸਿੰਘ ਦਾ ਮੁੰਡਾ ਖੜ੍ਹ ਜੂ, ਬਾਦਲ ਦਾ ਮੁੰਡਾ ਖੜ੍ਹ ਜੂ, ਖਾਲਿਸਤਾਨੀ ਆਪਣਾ ਹੈਗਾ ਉਹਦਾ ਮੁੰਡਾ ਖੜ੍ਹ ਜੂ। ਸੋ ਇਹਨਾਂ ਨੂੰ ਬੱਚਿਆਂ ਤੋਂ ਗਾਂਹ ਕੁਛ ਨਹੀਂ ਦਿਸਿਆ। ਹੁਣ ਇੱਕ ਹਾਲਾਤ, ਇੱਕ ਟਰਨ ਐਸੀ ਆਈ ਕਿ ਗੁਰਪਤਵੰਤ ਸਿੰਘ ਵਕੀਲ ਬਾਹਰ ਆਇਆ, ਉਹਦੇ ਬਾਰੇ ਬੜੀਆਂ ਮਿਸ ਇਨਫੋਰਮੇਸ਼ਨ ਦਿੱਤੀ ਗਈ, ਪਰ ਉਹਨੇ ਬਾਹਰਲੀ ਦੁਨੀਆ ਦਾ ਜਿਹੜਾ UNO ਦਾ ਚਾਰਟਰ ਪੜ੍ਹਿਆ, ਹੋਰ ਪੜ੍ਹਿਆ, ਉਹਨੇ ਲੋਕਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਬਾਹਰਲੀ ਲੋਕਾਂ ਨੂੰ ਦੱਸੋ ਇਹ ਜਿਹੜਾ ਰੈਫਰੈਂਡਮ ਦਾ ਮੈਥਡ ਆ ਇਹ ਡਾਕਟਰ ਸਾਹਿਬ ਜ਼ਿਆਦਾ ਜਾਣਦੇ ਆ। ਮੇਰੇ ਖਿਆਲ ਦੇ ਵਿੱਚ ਜਿੰਨਾ ਕੁ ਮੈਨੂੰ ਪਤਾ ਇਹ ਉਹਦੀ ਸੁਝਾਅ ਉਹਦੀ ਦੇਣ ਆ। ਇਹ ਪਹਿਲਾਂ ਨਹੀਂ ਸੀ ਲੱਗਦਾ ਵੀ ਇੰਨਾ ਇਫੈਕਟਿਵ ਆ, ਪਰ ਇਹ ਕਾਫੀ ਇਫੈਕਟਿਵ ਆ। ਉਹ ਹੁਣ ਉਹਦਾ ਹਾਂਜੀ ਦੇਖੋ ਇਹ ਕੋਈ ਨਵੀਂ ਗੱਲ ਨਹੀਂ ਹੋ ਰਹੀ, ਕਿਊਬੇਕ ਦੇ ਵਿੱਚ 2 ਵਾਰੀ ਹੋ ਚੁੱਕਿਆ, ਸਪੇਨ ਦੇ ਵਿੱਚ ਹੋ ਚੁੱਕਿਆ। ਹੁਣ ਦੇਖੋ ਇੰਗਲੈਂਡ ਵਾਲੇ ਰਲ ਗਏ ਬ੍ਰੈਕਸਿਟ ਦੀ ਗੱਲ, ਹਾਂਜੀ ਇੰਗਲੈਂਡ ਵਾਲੇ ਰਲ ਗਏ ਯੂਰਪ ਨਾਲ, ਅਤੇ ਉਹਨਾਂ ਨੂੰ ਲੱਗਿਆ ਕਿ ਸਾਡੇ ਹੱਕ ਦੇ ਵਿੱਚ ਨਹੀਂ ਹੋ ਰਿਹਾ ਕੰਮ, ਅਤੇ ਉਹਨਾਂ ਨੇ ਵਾਪਸ ਲੈਣਾ ਸੀ। ਉਹ ਇੰਗਲੈਂਡ ਦੇ ਵਿੱਚ ਵੋਟਾਂ ਪਾਈਆਂ, ਰਾਈਟ, ਉਹਨਾਂ ਨੇ ਵੋਟਾਂ ਪਾ ਕੇ ਬ੍ਰੈਕਸਿਟ ਕੀਤਾ, ਐਗਜ਼ਿਟ ਕਰ ਗਏ। ਸੋ ਇਹ ਵੀ ਜਿਹੜੀ ਗੁਰਪਤਵੰਤ ਸਿੰਘ ਨੇ ਵੀ ਇਹ ਜਿਹੜਾ ਸ਼ੁਰੂ ਕੀਤਾ ਇਹ ਉਹੀ ਆਈਡੀਆ ਆ ਕਿ ਸਿੱਖ ਓਪਨਲੀ ਦੁਨੀਆ ਨੂੰ ਦੱਸ ਸਕਣ ਵੀ ਜਿਹੜਾ ਇਹ ਸਿਸਟਮ ਜਿਹਦੇ ਨਾਲ ਅਸੀਂ ਰਲੇ ਹਾਂ ਇਹ ਸਾਡਾ ਕੰਮ ਨਹੀਂ ਕਰਦਾ, ਵੀ ਨੀਡ ਟੂ ਸੈਪਰੇਟ। ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਉਹ ਫਿਰ ਜਿਹੜੀ ਗੌਰਮੈਂਟ ਆ ਨਾ ਉਹ ਇੰਨੇ ਇਮੈਚਿਓਰ ਆ, ਉਹ ਕੈਨੇਡਾ ਦੀ ਗੌਰਮੈਂਟ ਵਾਲੇ ਤਾਂ ਹੈ ਨਹੀਂ ਗੇ ਵੀ ਤੁਸੀਂ ਵੋਟਾਂ ਪਾ ਲਓ, ਹਾਰ ਗਏ ਜਾਂ ਜਿੱਤ ਗਏ ਜੋ ਵੀ ਹੈਗਾ। ਸੋ ਉਹ ਕੰਟਰੋਲਿੰਗ ਆ, ਕੰਟਰੋਲਿੰਗ, ਹਾਂਜੀ, ਜਿਹੜਾ ਬ੍ਰਾਹਮਣ ਆ ਇਹ ਬਹੁਤ ਕੰਟਰੋਲਿੰਗ ਹੈ। 4-5% ਬੰਦੇ ਸਾਰੇ ਮੁਲਕ ਨੂੰ ਕੰਟਰੋਲ ਕਰਦੇ ਆ, ਉਹ ਗਿਵ ਅਪ ਨਹੀਂ ਕਰਨਾ ਚਾਹੁੰਦੇ, ਉਹ ਗਿਵ ਅਪ ਨਹੀਂ ਕਰਨੇ ਚਾਹੁੰਦੇ। ਹਾਂ ਉਹ ਇੰਨੇ ਇਮੈਚਿਓਰ ਆ, ਉਹ ਪਾਵਰ ਦੇ ਵਿੱਚ, ਉਹ ਕਹਿੰਦੇ ਐਬਸੋਲੂਟ ਪਾਵਰ ਕਰਪਟਸ ਐਬਸੋਲੂਟਲੀ, ਇਹ ਅੰਨੇ ਹੋਏ ਹੋਏ ਨੇ ਤਾਕਤ ਦੇ ਵਿੱਚ। ਇਹ ਸੋਚਦੇ ਆ ਕਿ ਅਸੀਂ ਮਾਰ ਕੇ ਡਰਾ ਲਾਂਗੇ, ਇਹਨਾਂ ਨੂੰ ਇਹ ਪਤਾ ਨਹੀਂ ਹੈ ਕਿ ਸਿੱਖ ਇੱਕ ਮਾਰੋਂਗੇ ਤਾਂ 10 ਹੋਰ ਖੜ੍ਹੇ ਹੋ ਜਾਣੇ ਆ, ਮਾਰ ਕੇ ਤਾਂ ਇਹ ਡਰਾ ਨਹੀਂ ਸਕਦੇ। ਹੁਣ ਜਿਹੜੇ ਵੀ ਕਿਸੇ ਸਿੱਖ ਨੂੰ ਕੋਈ ਥੋੜ੍ਹਾ ਬਹੁਤਾ ਭੁਲੇਖਾ ਸੀ ਵੀ ਗੁਰਪਤਵੰਤ ਸਿੰਘ ਦੀ ਜਿਹੜੀ ਹੈਗੀ ਆ ਮੂਵਮੈਂਟ ਕੀ ਆ, ਉਹ ਮੇਰਾ ਖਿਆਲ ਹੁਣ ਉਹਦੇ ਵਿੱਚ ਸਭ ਦਾ ਭੁਲੇਖਾ ਨਿਕਲ ਗਿਆ। ਅਤੇ ਵੀ ਉਹ ਹਾਂ ਉਹਦਾ ਜਿਹੜਾ ਲੈਵਲ ਆਫ ਡਿਸੀਜਨ ਮੇਕਿੰਗ ਆ, ਜੋ ਵੀ ਉਹਨੇ ਸਿਸਟਮ ਚਲਾਇਆ, ਆਈ ਥਿੰਕ ਉਹ 47 ਵਾਲਿਆਂ ਨੂੰ ਵੀ ਬਹੁਤ ਵਧੀਆ, ਹੀ ਨੋਜ਼ ਵਟ ਹੀ ਸੇਇੰਗ, ਅਤੇ ਉਹ ਕੋਈ ਆਪਣੇ ਮੁੰਡੇ ਨੂੰ ਨਹੀਂ ਖੜ੍ਹਾ ਕਰ ਰਿਹਾ, ਕੌਮ ਦੀ ਗੱਲ ਹੋ ਰਹੀ ਆ। ਸੋ ਮੇਰੇ ਖਿਆਲ ਦੇ ਵਿੱਚ ਤਾਂ ਇਹ ਸਿਸਟਮ ਠੀਕ ਹੈ, ਜਾਨ ਤਾਂ ਦੇਣੀ ਪੈਂਦੀ ਆ ਜਦੋਂ ਵੀ ਕੋਈ ਮੂਵਮੈਂਟ ਲੜਨੀ ਪੈਂਦੀ ਹੈ, ਜਾਨ ਦੇਣੀ ਪੈਂਦੀ ਆ। ਹਾਂ ਬਿਲਕੁਲ, ਮੈਂ ਦੱਸ ਸਕਦਾ ਗੁਰਪਤਵੰਤ ਸਿੰਘ ਪੰਨੂ ਬਾਰੇ ਤਾਂ ਕਿ ਨਿਰਸਵਾਰਥ ਏਜੰਡਾ, ਹਾਂਜੀ ਬਿਲਕੁਲ, ਉਹ ਕੰਮ ਵੀ ਤਾਂ ਹੀ ਕਰ ਰਿਹਾ। ਹੁਣ ਉਹ ਇਹ ਚੰਡੀਗੜ੍ਹ ਤੋਂ ਇੱਕ ਲੇਡੀ ਨੇ ਇੰਟਰਵਿਊ ਮੈਂ ਲਈ ਸੀਗੀ ਪਹਿਲਾਂ ਸਾਰਾ ਕੁਛ ਰਿਲੀਜ਼ ਹੋਣ ਤੋਂ ਕਿ ਮਾਰੇ ਕਿਹਨੇ ਆ, ਦੋਨੋਂ ਇਹੋ ਜਿਹੇ ਸਾਰ ਹੈ। ਮੈਂ ਕਿਹਾ ਵੀ ਮਾਰੇ ਤਾਂ ਗੌਰਮੈਂਟ ਮਾਰ ਰਹੀ ਆ, ਲਾਹੌਰ 'ਚ ਮਾਰੇ ਨੇ, ਕਸ਼ਮੀਰੀ ਮਾਰੇ ਨੇ, ਇੰਗਲੈਂਡ ਮਾਰਿਆ, ਸਰੀ 'ਚ ਮਾਰਿਆ, ਇਹਨਾਂ ਨੂੰ ਮਾਰਨ ਵਾਲਾ ਕੌਣ ਆ ਇਹਨਾਂ ਦਾ? ਇਹ ਜਿਹੜਾ ਕੰਮ ਕਰਦੇ ਆ ਉਹ ਕਿਹਨੂੰ ਦੁੱਖ ਲੱਗਦਾ? ਉਹ ਦੁੱਖ ਇੰਡੀਆ ਗੌਰਮੈਂਟ ਨੂੰ ਲੱਗਦਾ, ਉਹ ਛੱਡਣਾ ਨਹੀਂ। ਦੇਖੋ ਪੰਜਾਬ ਆਕੂਪਾਈਡ ਸਟੇਟ ਆ,
51 ਕਿਲੋਮੀਟਰ ਦਾ ਵੈਸੇ ਹੀ ਉਹਨਾਂ ਨੇ CRP ਆਰਮੀ ਨੇ ਦੱਬਿਆ ਹੋਇਆ, BSF ਨੂੰ ਦਿੱਤਾ ਆਰਮੀ ਨੂੰ। ਭਾਖੜਾ ਡੈਮ ਉਹਨਾਂ ਨੇ, ਕੋਈ ਉਹਦੇ 'ਚ ਪੰਜਾਬੀ ਨਹੀਂ ਹੈਗਾ। ਪੰਜਾਬ ਯੂਨੀਵਰਸਿਟੀ, ਅਸੀਂ ਦੋਨੇ ਜਾਣੇ ਪੰਜਾਬ ਯੂਨੀਵਰਸਿਟੀ ਪੜ੍ਹਦੇ ਰਹੇ ਹਾਂ, ਦੈਟਸ ਵੇ ਸਾਡੀ ਫਰੈਂਡਸ਼ਿਪ ਸ਼ੁਰੂ ਹੋਈ ਆ। ਉਹ ਪੰਜਾਬ ਯੂਨੀਵਰਸਿਟੀ 'ਚ ਕੋਈ ਪੰਜਾਬੀਆਂ ਦਾ ਰੋਲ ਨਹੀਂ ਹੈ, ਕੈਪੀਟਲ ਦੇ ਕੇ ਉਹ ਹਰੇਕ ਚੀਜ਼ ਤੋਂ ਮੁੱਕਰ ਕੇ ਦੇ ਵਾਂਟ ਟੂ ਇਨਸਲੇਵ ਪੰਜਾਬ ਮੋਰ ਐਂਡ ਮੋਰ। ਇਹਦਾ ਸਲਿਊਸ਼ਨ ਤਾਂ ਇੱਕੋ ਹੀ ਆ ਕਿ ਵੀ ਵਾਂਟ ਫਰੀਡਮ। ਸਿੱਖ ਜਿਹੜੇ ਹੈਗੇ ਆ, ਕਦੋਂ ਦੇ ਅਰਦਾਸਾਂ ਅਸੀਂ ਕਰਦੇ ਹਾਂ, ਰਾਜ ਕਰੇਗਾ ਖਾਲਸਾ। ਅਤੇ ਜਿਹੜੀ ਰੈਫਰੈਂਡਮ ਵਾਲੀ ਮੂਵਮੈਂਟ ਆ ਪੰਨੂ ਸਾਹਿਬ ਨੇ ਸ਼ੁਰੂ ਕੀਤੀ, ਇਹ ਕੋਈ ਰਾਜ ਕਰੇਗਾ ਖਾਲਸਾ ਨਾਲੋਂ ਵੱਖਰੀ ਨਹੀਂ ਹੈ। ਇਹ ਇੱਕ ਲੀਗਲ ਟਰਮ ਦੇ ਵਿੱਚ ਬਾਕੀ ਦੁਨੀਆਂ ਨੂੰ ਦੱਸਣ ਲਈ ਹੈ ਜਿਹੜੀ ਅਸੀਂ ਅੰਦਰ ਬੈਠ ਕੇ ਕਰਦੇ ਹਾਂ। ਸੋ ਮੇਰੇ ਖਿਆਲ ਦੇ ਵਿੱਚ ਤਾਂ ਜਿਹੜੀ ਲੋਕਾਂ ਦੀਆਂ ਖਾਹਿਸ਼ਾਂ ਸੀਗੀਆਂ ਰਾਜ ਕਰੇਗਾ ਖਾਲਸਾ ਜਾਂ ਉਹਨੂੰ ਕਿਵੇਂ ਟਰਾਂਸਲੇਟ ਕਰਨਾ, ਆਈ ਥਿੰਕ ਹੀ ਹੈਜ਼ ਏ ਗਿਵਨ ਬਿਊਟੀਫੁਲ ਮੂਵਮੈਂਟ, ਨਿਊ ਕਾਨਸੈਪਟ ਹਾਊ ਟੂ ਪ੍ਰਜੈਂਟ ਦੀ ਸੇਮ ਥਿੰਗ, ਇਹ ਸੀਮ ਟੂ ਬੀ ਵਰਕਿੰਗ। ਜਿਹੜੀ ਲਾਰਡ ਵੇਵਲ ਦੇ ਟਾਈਮ 'ਤੇ ਗੱਲਾਂ ਬਾਤਾਂ ਹੋਈਆਂ ਨਾ, ਉਹ ਆਪਾਂ ਵੱਖਰਾ ਪੋਡਕਾਸਟ ਕਰਾਂਗੇ ਇੱਕ ਤੁਹਾਡੇ ਘੰਟੇ ਕੁ ਦੀ ਗੱਲਬਾਤ। ਆਪਾਂ ਸਾਰੇ ਤੁਹਾਨੂੰ ਕਾਫੀ ਜਾਣਕਾਰੀ ਆ ਉਹਦੇ ਬਾਰੇ, ਅਤੇ ਤੁਸੀਂ ਪੜ੍ਹੇ। ਮੈਂ ਸ਼ੁਰੂ ਤਾਂ ਕੀਤਾ ਨਾ ਵੀ ਵੀ ਹੈਵ ਟੂ ਕੰਪੇਅਰ ਵੀ ਕਿੱਥੋਂ ਚੱਲੇ ਸੀ, ਨਾਓ ਵੀ ਹੈਵ ਦੀ ਰਾਈਟ ਪਰਸਨ, ਹਾਂ, ਗਿਵਿੰਗ ਅਸ ਦੀ ਰਾਈਟ ਡਾਇਰੈਕਸ਼ਨ। ਹਾਂ ਬਿਲਕੁਲ ਬਿਲਕੁਲ। ਇਹਦੇ 'ਚ ਇਹਦੇ 'ਚ ਕੋਈ ਉਹਨੂੰ ਚੀਫ ਮਿਨਿਸਟਰ ਨਹੀਂ ਮਿਲ ਰਹੀ, ਪ੍ਰਾਈਮ ਮਿਨਿਸਟਰ ਨਹੀਂ ਮਿਲ ਰਹੀ, ਹੀ ਇਜ਼ ਵਿਲਿੰਗ ਟੂ ਗਿਵ ਅਪ ਹਿਜ਼ ਲਾਈਫ। ਹਾਂ ਬਿਲਕੁਲ। ਸੋ ਉਹਦੀ ਜਿਹੜੀ ਸਟੇਟਮੈਂਟ ਕਾਫੀ ਕੋਟ ਬਣਨ ਦਾ ਹੱਕ ਰੱਖਦੀ ਹੈ ਗੁਰਪਤਵੰਤ ਸਿੰਘ ਪੰਨੂ ਦੀ, ਕਿ ਜੇ ਮੇਰੀ ਮੈਨੂੰ ਆਪਣੀ ਜਾਨ ਦੇਣੀ ਪਏ, ਮੇਰੀ ਜਾਨ ਜਾਂਦੀ ਹੈ ਤੇ ਖਾਲਿਸਤਾਨ ਬਣਦਾ, ਕਹਿੰਦਾ ਮੈਨੂੰ ਕੋਈ ਪਰਵਾਹ ਨਹੀਂ। ਇਹ ਉਸ ਪੱਧਰ ਦੀ ਸਟੇਟਮੈਂਟ ਹੈ ਉਹਦੀ। ਜਿਹੜੇ ਵੱਡੇ ਲੀਡਰ ਹੁੰਦੇ ਆ ਨਾ ਵਰਲਡ ਦੇ, ਉਹਨਾਂ ਦੇ ਕੋਟ ਬਣ ਜਾਂਦੇ, ਜਿਵੇਂ ਸੰਤ ਭਿੰਡਰਾਂਵਾਲੇ ਦਾ ਵੀ ਕੋਟ ਬਣਿਆ ਹੋਇਆ ਵੀ ਸਰੀਰ ਦੇ ਮਰਨ ਨੂੰ ਮੈਂ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਉਸ ਪੱਧਰ 'ਤੇ ਜਾਏਗੀ ਇਸ ਆਜ਼ਾਦੀ ਨੂੰ ਡਿਫੈਂਡ ਵੀ ਉਹੀ ਕਰ ਸਕਦਾ ਜਿਹੜਾ ਜਾਨ ਦੇਣ ਲਈ ਤਿਆਰ ਆ। ਦੇਖੋ ਯੂਕਰੇਨ ਦੇ ਪ੍ਰੈਜ਼ੀਡੈਂਟ ਨੂੰ ਕਰ ਰਹੇ ਸੀ ਸਾਰੇ ਵੀ ਤੂੰ ਭੱਜਿਆ, ਉਹ ਕਹਿੰਦਾ ਨਹੀਂ ਮੈਂ ਤਾਂ ਇੱਥੇ ਰਹੂੰਗਾ, ਖੜਾ ਕਹਿੰਦਾ। ਜੇ ਉਹ ਚਲੇ ਜਾਂਦਾ ਤਾਂ ਇਹ ਕੋਲੈਪਸ ਇੱਕ ਦਿਨ 'ਚ ਹੋ ਜਾਣਾ ਸੀ, ਉਹ ਖੜਾ ਉੱਥੇ। ਫਰੀਡਮ ਲਈ ਤਾਂ ਜਾਨ ਦੇਣੀ ਪੈਂਦੀ ਆ। ਮੈਂ ਦੁਬਾਰਾ ਡਾਕਟਰ ਬਖਸ਼ੀਸ਼ ਸਿੰਘ ਜੀ, ਉਹਨਾਂ ਵੱਲ ਐਨਰਜੀ ਇੰਨੀ ਕਿੱਥੋਂ ਮਿਲਦੀ ਹੈ ਤੁਹਾਨੂੰ, ਤੁਸੀਂ ਇੰਨੀ ਉਮਰ 'ਚ ਤੁਸੀਂ ਤਾਂ ਮੁੰਡਿਆਂ ਨਾਲੋਂ ਵੱਧ ਕੰਮ ਕਰਦੇ ਹੋ। ਪੈਸਿਵ ਐਨਰਜੀ ਜਿਹੜੀ ਆ ਵਾਹਿਗੁਰੂ ਦੀ ਕਿਰਪਾ, ਮੈਂ ਕੀ ਕਹਿ ਸਕਦਾ। ਪਰ ਜੇ ਤੁਸੀਂ ਵੇਖੋ ਵੀ ਸਿੱਖ ਕੌਮ ਨਾਲ ਕਿੰਨੀ ਜ਼ਿਆਦੀ ਕਿੰਨਾ ਧੱਕਾ ਹੋ ਰਿਹਾ ਵਾ, 150,000 ਸਿੱਖਾਂ ਨੂੰ ਮਾਰ ਕੇ, ਅਤੇ ਸਾਨੂੰ ਇਹ ਕਿਹਾ ਜਾਂਦਾ ਵਾ ਕਿ ਵੀ ਆਰ ਦਾ ਟੈਰੋਰਿਸਟ, ਵੀ ਆਰ ਦੀ ਵਿਕਟਮ ਟੂ ਦਾ ਟੈਰੋਰਿਜ਼ਮ ਦੈਟ ਵੀ ਵਾਂਟ ਟੂ ਸਟਾਪ। ਜਿਹੜੀ ਟੈਰੋਰਿਜ਼ਮ ਸਾਡੇ 'ਤੇ ਹੋ ਰਹੀ ਆ, ਸਾਨੂੰ ਵਿਕਟਮਾਈਜ਼ ਕੀਤਾ ਜਾ ਰਿਹਾ ਵਾ, ਉਹਨੂੰ ਰੋਕਣ ਵਾਸਤੇ ਅਸੀਂ ਪੰਜਾਬੀ ਜਿਹੜਾ ਪੰਜਾਬ ਨੂੰ ਆਜ਼ਾਦ ਕਰ ਰਹੇ ਹਾਂ। ਮੈਂ ਤੁਹਾਨੂੰ ਦੋ ਤਿੰਨ ਗੱਲਾਂ, ਫਿਰ ਸਟੇਟਿਜ਼ਮ ਜਿਹੜਾ ਵਾ ਵੀ ਕੀ ਸਟੇਟ ਕੀ ਸਾਡੇ ਨਾਲ ਕਰਦਾ ਵਾ, ਸਟੇਟ ਕੋਲ ਇਹਨਾਂ ਦਾ ਮੋਡਸ ਓਪਰੈਂਡੀ ਕੀ ਆ ਇੰਡੀਅਨ ਸਿਸਟਮ ਦਾ। ਇੱਕ ਤਾਂ ਆ ਵੀ ਸਿੱਖਾਂ ਦੀ ਲੀਡਰਸ਼ਿਪ ਖਤਮ ਕਰ ਦਿਓ, ਤੁਸੀਂ ਵੀ ਕਿਹਾ ਕਿ ਗੁਰਪਤਨ ਸਿੰਘ ਪੰਨੂ ਜਿਹੜਾ ਕਿ ਸਿੱਖਾਂ ਦਾ ਇੱਕ ਵੈਰੀ ਐਸਟਿਊਟ ਲੀਡਰ ਆ ਜਿਹੜਾ ਕਿ ਇਨਡਿਸਪੈਂਸੇਬਲ ਆ, ਉਹਨੂੰ ਇਹ ਖਤਮ ਕਰਨਾ ਚਾਹੁੰਦੇ ਨੇ। ਪਿਛਲੇ 2 ਸਾਲ 'ਚ ਉਹਨਾਂ ਦੀ ਲੀਡਰਸ਼ਿਪ ਹੋਰ ਮੈਂ ਕਹਿੰਦਾ ਕੰਕਰੀਟ ਗ੍ਰਹਿਣ ਕਰਦੀ ਹੈ, ਤਾਂ ਇਸਟੈਬਲਿਸ਼ ਹੋ ਗਏ ਵਰਲਡ ਵਾਈਡ। ਬਿਲਕੁਲ। ਦੂਜੇ ਪਾਸੇ ਸ਼ਹੀਦ ਭਾਈ ਨਿੱਜਰ ਆ, ਉਹਨੇ ਜਿਹੜੀ ਆ ਉਹ ਕਿ ਉਹਨੇ ਸਾਰੇ ਜਿਹੜੀ ਸ਼ਹੀਦ ਭਾਈ ਨਿੱਜਰ ਸੀ, ਉਹਨਾਂ ਨੇ ਸਾਰੀ ਯੰਗ ਜਿਹੜੀ ਕਿ ਸਿੱਖ ਕੌਮ ਆ ਉਹਨੂੰ ਨਾਲ ਲਾ ਲਿਆ, ਉਹਨੂੰ ਇਹਨਾਂ ਨੇ ਅਸੈਸੀਨੇਟ ਕੀਤਾ ਵਾ, ਲੀਡਰਸ਼ਿਪ ਖਤਮ ਕੀਤੀ ਜਾ ਰਹੀ ਆ। ਇਹ ਲੀਡਰਸ਼ਿਪ ਖਤਮ ਕਰਨ ਦਾ ਤਰੀਕਾ ਕਿ ਗੁਰੂ ਅਰਜਨ ਦੇਵ ਜੀ ਤੋਂ ਹੀ ਚੱਲਦਾ ਆ ਰਿਹਾ ਵਾ। ਕਿੰਨੇ ਜਿਹੜੇ ਪ੍ਰੋਮੀਨੈਂਟ ਸਿੱਖ ਲੀਡਰਸ਼ਿਪ ਸੀ, ਸਿੱਖ ਗੁਰੂਆਂ ਦੀ ਸ਼ਹੀਦੀ ਜਿਹੜੀ ਸੀ ਉਹ ਹੋਈ, ਉਹਦੇ ਵਿੱਚ ਇੰਡੀਅਨ ਸਿਸਟਮ ਦਾ ਜਿਹੜਾ ਸੀ ਰੋਲ ਲਿਆ ਵਾ। ਦੂਜੀ ਆ ਲੈਂਗੁਏਜ, ਤੁਹਾਡੀ ਲੈਂਗੁਏਜ ਖਤਮ ਹੋ ਰਹੀ ਆ, ਮੀਨਸ ਯੂ ਕੈਨ, ਤੁਸੀਂ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹ ਸਕਦੇ। ਤੀਜੀ ਗੱਲ ਜਿਹੜੀ, ਤੁਹਾਡੀ ਲੈਂਡ 'ਤੇ ਕਬਜ਼ਾ ਕੀਤੇ ਜਾ ਰਹੇ ਨੇ। ਸੋ 3L, ਕਿਲ ਦਾ ਲੀਡਰਸ਼ਿਪ, ਕਿਲ ਦਾ ਲੈਂਗੁਏਜ ਐਂਡ ਆਕੂਪਾਈ ਦਾ ਲੈਂਡ। ਫਿਰ ਅਸੀਂ ਕੀ ਕਰ ਰਹੇ ਹਾਂ, ਵੀ ਆਰ ਜਸਟ, ਮੈਂ ਬੇਨਤੀ ਕਰਦਾ ਫਿਰ ਆਪਣੀ ਸਿੱਖ ਨੇਸ਼ਨ ਨੂੰ, ਤੁਸੀਂ ਸਿੱਖ ਨੈਸ਼ਨਲਸ ਬਣੋ। ਮੈਂ ਤੁਹਾਨੂੰ ਇੱਕ ਇਗਜ਼ਾਮਪਲ ਦੇਣਾ ਵਾ ਕਿਸ ਤਰ੍ਹਾਂ। ਇੱਕ ਇੰਡੀਆ ਦਾ ਏਅਰਫੋਰਸ ਦਾ ਪਾਇਲਟ ਸੀ ਜਿਹਦਾ ਜਹਾਜ਼ ਜਿਹੜਾ ਸੀ ਪਾਕਿਸਤਾਨ 'ਚ ਡਿੱਗ ਪਿਆ, ਅਤੇ ਉਹਦਾ ਨਾਂ ਹੈਗਾ ਸੀ ਅਭਿਨੰਦਨ ਵਰਧਮਨ। ਸਾਰਾ ਹਿੰਦੁਸਤਾਨ ਕਹਿੰਦਾ ਸੀ ਪਾਕਿਸਤਾਨ 'ਤੇ ਹਮਲਾ ਕਰ ਦਿਓ। ਹਾਲਾਂ ਤੱਕ ਪਾਕਿਸਤਾਨ ਨੇ 2-3 ਦਿਨਾਂ ਵਿੱਚ ਰਿਲੀਜ਼ ਕਰਤਾ, ਬੜੀ ਵਧੀਆ ਤਰੀਕੇ ਨਾਲ ਉਹਦੇ ਨਾਲ ਵਿਹਾਰ ਕੀਤਾ, ਪਰ ਇੰਡੀਅਨ ਨੈਸ਼ਨਲਸ ਕਹਿੰਦਾ ਸੀ ਪਾਕਿਸਤਾਨ 'ਤੇ ਹਮਲਾ ਕਰਕੇ ਹੁਣ ਇਹਨੂੰ ਛੁਡਾ ਕੇ ਲਿਆਓ। ਪਰ ਜਦੋਂ ਸਾਡੇ ਗੁਰਦੁਆਰੇ ਢਾਏ ਜਾਂਦੇ ਨੇ,
फिर सानू भी इस तरह ਇਹਦਾ ਅਪੋਜ਼ ਕਰਨਾ ਚਾਹੀਦਾ ਵਾ ਸਾਨੂੰ ਡਿਮੈਂਡ ਦ ਜਸਟਿਸ ਨਹੀਂ ਜਦੋਂ ਆਪਣੇ ਕੋਲ ਟੈਂਕ ਤੋਪਾਂ ਪੂਰੀਆਂ ਮਿਜ਼ਾਈਲਾਂ ਹੋਣਗੀਆਂ ਫਿਰ ਤਾਂ ਮਤਲਬ ਸ਼ਾਮ ਸਵੇਰੇ ਜਗਾ ਦੈਟਸ ਵਾਈ ਵੀ ਵਾਂਟ ਅੱਛਾ ਹੁਣ ਮੈਂ ਦੱਸਦਾ ਜੇ ਕੋਈ ਹਿੰਦੂ ਮੰਦਿਰ 'ਤੇ ਗ੍ਰੈਫਿਟੀ ਹੁੰਦੀ ਆ ਅਤੇ ਕੋਈ ਕਹਿੰਦਾ ਵਾ ਨਹੀਂ ਜੀ ਇਹ ਨਹੀਂ ਹੋਣਾ ਚਾਹੀਦਾ ਇਹ ਬੜੀ ਮਾੜੀ ਗੱਲ ਹੈ ਦਿਸ ਐਂਡ ਦੈਟ ਪਰ ਉਹਨਾਂ ਨੂੰ ਪਹਿਲਾਂ ਇਹ ਸੋਚਣਾ ਚਾਹੀਦਾ ਵਾ ਜਿਹੜੀ ਦਿੱਲੀ 'ਚ ਵਿਡੋ ਕਾਲੋਨੀ ਬਣੀ ਹੋਈ ਆ 150,000 ਸਿੱਖ ਮਾਰੇ ਗਏ ਨੇ ਉਹਨਾਂ ਬਾਰੇ ਤੁਸੀਂ ਕੀ ਕਹਿੰਦੇ ਜੇ See, we have to think as a nationalism of Punjab. You know, we have to think as a Sikh nationalist. Yaar, meri bhi nation hai. Guruan ne inni karbani ditiyan ne. 150,000 Sikh jade mare da chuke ne. Sada pani, bijli, tarthi di control Indian government cha. What we have? But we are making a lot of progress. What we have is a tremendous progress. Jedi ka apne fundam na karaiya. Te jada fundam sada India rokda wa. India ne bhi te share fundam karaye ne. Te unna bare te kende ji. So oh the fundam kara ke te bage. Sare hoya. Main oh bhi gal karan lage. Sare hoya. Te inna nu Punjab di koi problem nahi honi chahiye. Nahi oh is da karan hi hai. Pi oh Punjab nu thalle rakhna chahunde. Khatam hi karna chahunde. Khatam karna chahunde. They want just. ਅੱਛਾ ਕਿਹੜੇ ਕਿਹੜੇ ਮੁਲਕ ਆਪਣੇ ਸਿੱਖਾਂ ਦੀ ਮਦਦ ਕਰ ਰਹੇ ਨੇ ਅਤੇ ਕਿਵੇਂ ਕਰ ਰਹੇ ਨੇ ਵੇਖੋ ਜੀ ਜਿਹੜਾ ਨਾ ਦੀ ਹੋਲ ਵਰਲਡ ਦੀ ਵੈਸਟਰਨ ਵਰਲਡ ਦੇ ਆਰ ਸਪੋਰਟਿੰਗ ਆਵਰ ਰਾਈਟ ਟੂ ਸੈਲਫ ਡਮੀਨੇਸ਼ਨ ਵੀ ਰਾਈਟ ਟੂ ਸੈਲਫ ਡਮੀਨੇਸ਼ਨ ਖੁਦ ਮੁਖਤਿਆਰੀ ਦਾ ਅਧਿਕਾਰ ਵੋਟਾਂ ਪਾ ਕੇ ਆਪਣਾ ਦੇਸ਼ ਆਜ਼ਾਦ ਕਰਾਉਣ ਦਾ ਅਧਿਕਾਰ ਜਿਹੜਾ ਵਾ ਯੂਨੀਵਰਸਲ ਡੈਕੋਰੇਸ਼ਨ ਆਫ ਹਿਊਮਨ ਰਾਈਟਸ ਅਤੇ ਯੂਨਾਈਟਡ ਨੇਸ਼ਨ ਡੈਕੋਰੇਸ਼ਨ ਆਫ ਇੰਡੀਜਨਸ ਪੀਪਲ ਰਾਈਟਸ ਉਹਦੇ ਥੱਲੇ ਸਾਰੇ ਦੇਸ਼ਾਂ ਵੀ ਕੰਟਰੀ ਜਿਹੜਾ ਵੀ ਕੰਟਰੀ ਯੂ ਐਨ ਓ ਦੇ ਇਸ ਚਾਰਟਰ ਨੂੰ ਮੰਨਦਾ ਉਹ ਭਾਵੇਂ ਇੰਡੀਆ ਭਾਵੇਂ ਉਹ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਸਾਡੇ ਰੈਫਰੈਂਡਮ ਦੀ ਸਪੋਰਟ ਕਰਦਾ ਸਾਡੇ ਦੀ ਸਪੋਰਟ ਕਰਦਾ ਵੈਰੀ ਗੁੱਡ ਸੋ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਕਿ ਮਤਲਬ ਬਹੁਤ ਧੰਨਵਾਦ ਤੁਹਾਡਾ ਸਤਿਸ਼੍ਰੀ ਟੀ ਵੀ ਦਾ ਆਪਣੇ ਦਰਸ਼ਕਾਂ ਦਾ ਸਰੋਤਿਆਂ ਦਾ ਥੈਂਕ ਯੂ ਵੈਰੀ ਮੱਚ ਸੁਰਿੰਦਰ ਸਿੰਘ ਜੀ ਅਸੀਂ ਵੱਡੇ ਭਾਗਾਂ ਐਪਰੀਸ਼ੀਏਟ ਯੂ ਹੈਲਪ ਦੇ ਸਾਡੇ ਜਿਹੜੇ ਦੋਸਤ ਨੇ ਦੇਖ ਰਹੇ ਨੇ ਸਾਰੇ ਉਹਨਾਂ ਨੂੰ ਬਹੁਤ ਫਾਇਦਾ ਹੋਏਗਾ ਇਸ ਗੱਲਬਾਤ ਤੋਂ ਜੇ ਕਿਸੇ ਦਾ ਸਵਾਲ ਹੋਇਆ ਥੱਲੇ ਕਮੈਂਟ ਕਰ ਦਿਓ ਅਤੇ ਉਹ ਫਿਰ ਮੈਂ ਡਾਕਟਰ ਸਾਹਿਬ ਨੂੰ ਸਵਾਲ ਭੇਜ ਦੂੰਗਾ ਅਤੇ ਜਵਾਬ ਦੇਣਗੇ ਜਾਂ ਸਰਦਾਰ ਗੁਰਿੰਦਰ ਸਿੰਘ ਗਰੇਵਾਲ ਹੋਰਾਂ ਨਾਲ ਕੋਈ ਤੁਸੀਂ ਸਵਾਲ ਕਰਨਾ ਚਾਹੋ ਉਹ ਵੀ ਤੁਸੀਂ ਕਮੈਂਟ ਬਾਕਸ 'ਚ ਭੇਜ ਸਕਦੇ ਹੋ ਅਤੇ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਨਾ 24 ਘੰਟੇ ਲਾਈਵ ਸਾਡਾ ਟੀ ਵੀ www.satlujnetwork.com 'ਤੇ ਤੁਸੀਂ ਜਾ ਸਕਦੇ ਹੋ ਦੇਖ ਸਕਦੇ ਹੋ ਜੇ ਸਿੱਧਾ ਤਾਲਮੇਲ ਕਰਨਾ ਚਾਹੁੰਦੇ ਹੋ ਮੇਰੇ ਨਾਲ message@satlujtv.com 'ਤੇ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੰਗਾ ਲੱਗਿਆ ਮੈਨੂੰ ਅੱਜ ਦੀ ਇਹ ਗੱਲਬਾਤ ਤੋਂ ਮੈਂ ਵੀ ਬਹੁਤ ਕੁਝ ਸਿੱਖਿਆ ਅਤੇ ਦ੍ਰਿੜਤਾ ਸਿੱਖਿਆ ਡਾਕਟਰ ਬਖਸ਼ੀਸ਼ ਸਿੰਘ ਸੰਧੂ ਇੰਨੀ ਉਮਰ ਦੇ ਵਿੱਚ ਵੀ ਕੰਮ ਕਰ ਰਹੇ ਨੇ ਅਤੇ ਅਸੀਂ ਵੀ ਜਿਉਂਦੇ ਜੀ ਆਪਣੇ ਅਸੀਂ ਆਪਣੀ ਧਰਤੀ ਨੂੰ ਆਜ਼ਾਦ ਦੇਖਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ